ਸੱਪ ਮੂੰਹ ਤੋਂ ਕੇ ਆਏ ਮਾੜਾ ਆ ਬਾ ਹਾਂ ਬਸ ਐਨਾ ਕੰਮ ਆ ਦਾ ਹਾਂ ਦੁਖ ਲੱਗਦਾ ਮਾਰ ਕੇ ਬਣਾ ਲੋਕੇਸ਼ਨ ਕਿੱਥੇ ਦੀ ਪਈ ਹੈ ਧਾਰ ਜੀ ਮਾ ਹੂ 500 ਕਿੱਲੇ ਚ ਕਿੰਨਾ ਉਹ 495 ਹਾਏ ਚਾਹ ਚੂਨੀ ਕਰੀ ਹੈਗੀ ਉਹ ਤੁਸੀਂ ਕਾਇ ਵਿਹਲਾ ਕਰਿਆ ਪਿਆ ਕਿਉਂ ਚਾਹ ਤਾਂ ਮੈਂ ਬਣਾ ਕੇ ਆਈ ਅੰਦਰ ਕਿੱਥੇ ਉੱਥੇ ਇਹਦਾ ਖਾਲੀ ਕਰਿਆ ਪਿਆ ਤੁਸੀਂ ਜਾ ਚੱਲ ਪੁੱਤ ਮੇਰੀ ਗੱਲ ਸੁਣ ਲੈ ਜੇ ਨਹੀਂ ਚਾਹ ਬਚੀ ਨਾ ਤੇਰੇ ਵਾਸਤੇ ਤਾਂ ਉੱਥੇ ਕੇਲੇ ਪਏ ਨੇ ਉਹ ਖਾ ਲੈ ਚਾਹ ਕੇਲੇ ਦਾ ਗਰੇ ਲਾਏ ਪਏ ਨੇ ਫੋਲਕਾਂ ਦੇ ਨਹੀਂ ਮੈਂ ਮਰ ਜਾ ਕੇਲੇ ਕਿੱਥੇ ਛੱਡਦਾ ਕੋਈ ਇੱਥੇ ਬਾਈ ਉਹ ਨਾਜਰ ਹਲਕਿਆ ਹੋਇਆ ਨਾ ਚਾਹ ਛੱਡੇ ਨਾ ਕੇਲੇ ਛੱਡੇ ਉਹ ਤਾਂ ਫਿਰ ਕਿਸੇ ਪਾਸੇ ਨਿਕਲ ਗਏ ਫਿਰ ਚਾਹ ਨਾਲ ਖਾ ਕੇ ਕੇਲੇ ਚਾਹ ਨਾਲ ਕੇਲੇ ਖਾ ਕੇ ਬਈ ਫਿਰ ਹੋਰ ਕੀ ਨਾ ਚਾਹ ਨਹੀਂ ਛੱਡੀ ਨਾ ਕੇਲੇ ਨਹੀਂ ਛੱਡੇ ਖਾਣ ਪੀਣ ਦੀ ਵੀ ਨਹੀਂ ਅਕਲ ਹੈਗੀ ਆ ਤਾਂ ਨਵਾਂ ਸੂਟ ਪਾ ਲਿਆ ਕਿੱਧਰ ਨੂੰ ਤਿਆਰੀ ਆ ਬਈ ਮੇਰੀ ਤਿਆਰੀ ਤਾਂ ਤੈਨੂੰ ਪਤਾ ਕਦੇ ਕਦਾਰੇ ਹੁੰਦੀ ਆ ਸੰਦੀਪ ਉਹ ਵੀ ਪੂਰੀ ਨਹੀਂ ਪੈਂਦੀ ਉਹ ਤੇਰਾ ਬਾਪ ਕਹਿ ਕੇ ਗਿਆ ਤੀ ਮੈਂ ਕਿਹਾ ਮੈਂ ਖਾ ਰੱਖੜੀਆਂ ਨੇ ਜੋਰਾ ਕਹਿ ਗਿਆ ਤੀ ਮੈਂ ਬੰਨਿਆ ਆਉਂਗੀ ਕਹਿੰਦਾ ਕੋਈ ਨਹੀਂ ਕੱਪੜਾ ਲੀੜਾ ਪਾ ਲੈ ਮੈਂ ਆਇਆ ਪਤਾ ਨਹੀਂ ਕਿੱਧਰ ਨਿਕਲ ਗਿਆ ਹੁਣ ਮੈਂ ਜਾਊਂ ਕਿਹਦੇ ਨਾਲ ਹੁਣ ਕਿੱਥੇ ਨੇ ਪਤਾ ਨਹੀਂ ਕੁਛ ਜੇ ਦੱਸ ਕੇ ਜਾਂਦਾ ਪੁੱਤ ਫਿਰ ਮੈਂ ਤੈਨੂੰ ਕਹਿ ਦਾਂਦੀ ਹੁਣ ਮੈਨੂੰ ਪਤਾ ਨਹੀਂ ਕਿੱਧਰ ਗਿਆ ਚੱਲ ਆਪੀ ਆ ਜਾਣਗੇ ਇੱਥੇ ਕਿਹੜੇ ਦੇ ਕੇ ਇੱਥੇ ਫਿਰਦੇ ਉਹਦਾ ਕੀ ਪਤਾ ਹੈ ਆਵੇ ਨਾ ਆਵੇ ਸੰਦੀਪ ਤੂੰ ਲੈ ਚੱਲ ਮੈਂ ਨਹੀਂ ਆਂਦਾ ਹੈਗਾ ਬਈ ਪਦਾਨ ਪਾਉਣੀ ਆ ਜੀਰੀ ਚ ਉੱਥੇ ਬੂਝੇ ਫੜਨੇ ਨੇ ਮੈਨੂੰ ਕਿੱਥੇ ਟਾਈਮ ਜਾਣ ਜੂਣ ਦਾ ਉਹੀ ਮੰਮੀ ਤੂੰ ਤਾਂ ਤੜਕੀ ਖਿੱਚ ਲੈਂਦੀ ਆ ਲਗਾਮ ਪਤਾ ਨਹੀਂ ਕਿੱਥੇ ਰੋਜ਼ ਤਿਆਰੀ ਤੇਰੀ ਰੋਜ਼ ਕਦੇ ਹੁੰਦਾ ਸੀ ਮਹੀਨੇ ਬਾਅਦ ਬੰਦਾ ਗੇੜਾ ਮਾਰਿਆ ਬਈ ਮੈਂ ਸਾਲ ਮੰਗਰੋਂ ਪਿੰਡ ਜਾਂਦੀ ਆ ਤੈਨੂੰ ਪਤਾ ਮੈਨੂੰ ਕਾ ਜਾਣ ਜੂਣ ਦਾ ਤੇਰੇ ਪਿਓ ਹੈ ਮੈਥੋਂ ਨਹੀਂ ਫਿਰ ਜਾਇਆ ਜਾਂਦਾ ਆਪਣਾ ਤਾਂ ਸਿੱਧਾ ਜਵਾਬ ਆ ਠੀਕ ਹੈ ਆ ਖੇਤ ਪਤਾ ਕੰਮ ਕਿੰਨਾ ਪਿਆਗਾ ਕੌਣ ਕੱਖ ਕੱਢੂ ਸੀਰੀ ਨਹੀਂ ਘਰੇ ਖੜਦਾ ਹੈਗਾ ਦੇਖ ਲੈ ਆਹ ਸਾਰੀ ਉਮਰ ਮੇਰੀ ਧੰਦਿਆਂ 'ਚ ਲੰਘ ਗਈ ਸਿਆਪਾ ਕਿਸੇ ਵੇਲੇ ਨਹੀਂ ਮੁੱਕਿਆ ਪਿੰਡ ਜਾਣ ਦਾ ਟਾਈਮ ਵੀ ਨਹੀਂ ਲੱਗਦਾ ਇਹੋ ਜਿਹੇ ਮਲੰਗ ਨਾਲ ਮੇਰਾ ਸਿਰ ਨਾਰੜ ਕੀਤਾ ਹੈ ਕੰਜਰ ਨੇ ਮੇਰੇ ਮਾਂ ਪਿਓ ਨੇ ਹੈ ਜਦੋਂ ਕਿਤੇ ਪਾਸੇ ਜਾਣਾ ਉਦੇ ਵੀ ਨਹੀਂ ਨਾਲ ਤੁਰਦਾ ਉਦੋਂ ਵੀ ਇਕੱਲੀ ਮੱਚਦੀ ਹਾਂ ਇਕੱਲੀ ਨੂੰ ਜਾਣਾ ਪਊਗਾ ਬੋਲਦੀ ਨਹੀਂ ਹਾਂ ਨੂਨ ਦਾ ਨੀਆ ਡੱਬੇ ਜੇ ਚ ਇੰਨਾ ਕਹਿ ਬੈਤੀ ਪੂਰਾ ਡੱਕੇ ਜਣਾ ਲਾਈ ਕਿੱਥੇ ਧਰਤੀ ਤੇ ਮੈਨੂੰ ਕੀ ਪਤਾ ਮੈਂ ਕੀ ਖਾਣੀ ਐ ਖਾਣੀ ਦਾ ਤੂੰ ਕਾਨੂੰਨ ਨਹੀਂ ਪਤਾ ਤਾਂ ਮੈਨੂੰ ਸਾਰਾ ਕੌਂ ਜਣਾ ਲਾ ਕੇ ਨਗਾਂਗੇ ਹੋਗੀ ਅੰਦਰ ਹੈ ਮੈਂ ਤਾਂ ਇਹ ਗੱਡੀਆਂ ਮੰਦੀਆਂ ਚੀਜ਼ਾਂ ਹੀ ਨਹੀਂ ਖਾਂਦੇ ਗੱਲ ਸੁਣ ਇੰਨੀ ਕਲਾ ਕੇ ਰੱਖੀ ਦੀ ਡੱਕੇ ਜੇ ਨਾਲ ਹੱਡ ਮੇਰੇ ਸਾਲੇ ਦੁਖੀ ਜਾਂਦੇ ਨੇ ਕੁੱਟਿਆ ਵਾਲਾ ਪੁਲਿਸ ਵਾਲਿਆਂ ਨੇ ਬਈ ਉੱਥੇ ਹੋਊਗੀ ਨਾਲੇ ਕੁੱਟ ਆਪਦੀ ਕਰਤੂਤ ਨੂੰ ਖਾਦੀ ਆ ਤੈਨੂੰ ਪੁੰਨ ਨਹੀਂ ਪਾਈ ਤੇਰੇ ਕਸਾੜ ਵਾਲੇ ਨੇ ਤੇਰੇ ਕਸਾੜ ਇਹ ਜਾ ਕੁੱਟੂ ਤੂੰ ਯਾਦ ਰੱਖੇਂਗੀ ਪੁੱਠੀਆਂ ਸਿੱਧੀਆਂ ਗੱਲਾਂ ਨਾ ਕਰਿਆ ਕਰ ਮੇਰੇ ਨਾਲ ਤੂੰ ਹਾਂ ਉੱਠਾ ਕੀ ਕਹਿਤਾ ਤੈਨੂੰ ਉੱਠਾ ਜਦੋਂ ਆਪ ਹੀ ਕਹੀ ਜੰਨੀ ਐ ਅਗੇ ਕਰਤੂਤਾਂ ਨੇ ਤੇਰੀਆਂ ਸਿੱਤਰ ਖਾਣ ਵਾਲੀਆਂ ਲੋਕ ਤਾਂ ਮੇਰੇ ਸਾਲੇ ਕਹਿਣਗੇ ਭਾਈ ਸੱਚੀ ਗੱਲ ਆ ਦੇਖ ਮਿਰਚਾਂ ਤਾਂ ਲੱਗਣਗੀਆਂ ਮਿਰਚਾਂ ਜਿੱਦੇ ਮੈਂ ਮਿਰਚਾਂ ਲਾ ਦੀਆਂ ਨਾ ਉਦੋਂ ਯਾਦ ਰੱਖੇਂਗੀ ਤੂੰ ਹਾਂ ਮੈਂ ਕਹਿੰਦਾ ਕਾਨੂੰ ਕਾਨੂੰ ਤੂੰ ਮੇਰੇ ਨਾਲ ਟਾਈਮ ਕੱਢ ਲਾ ਤੂੰ ਮੇਰੇ ਨਾਲ ਟਾਈਮ ਕੱਢ ਲਾ ਹਾਂ ਮੈਂ ਜਵਾਕ ਕਨੀ ਦੇਖਦਾ ਜਵਾਕ ਕਿਉਂ ਟਿਆ ਜਾਵੇ ਉਦੋਂ ਬਾਅਦ ਤੇਰਾ ਮੇਰਾ ਤਲਾਕ ਪੱਕਾ ਵੱਟ ਤੇ ਪਿਆ ਬੁੱਢੇ ਬਾਰੇ ਕਰਾ ਲਈ ਤਲਾਕ ਕਰਾਉਂਗਾ ਸਾਡੇ ਵਾਲੇ ਬੁੱਢੇ ਨੇ 70 ਸਾਲ ਦੇ ਹੋ ਕੇ ਨੇ ਕਰਾਇਆ ਦੀ ਮੈਂ ਤਾਂ ਦੁਬਾਰੇ ਕਰਾ ਲੂੰ ਸਾਨੂੰ ਤਾਂ ਹੁੰਦਾ ਸਾਡਾ ਜੱਦ ਚ ਸਾਨੂੰ ਤਾਂ ਹੋ ਜਾਂਦਾ ਬੇ ਬਗ ਜਾ ਹੁਣੇ ਨਾ ਮੈਥੋਂ ਸਿਰ ਪੜਵਾ ਲਈ ਮੇਰੀ ਗੱਲ ਸੁਣੋ ਬਿੱਲੂ ਜਾਊਗਾ ਅੱਜ
ਬਿੱਲੂ ਕਾਦੇ ਵਾਸਤੇ? ਉਹ ਸਮਾਨ ਕਿਹਾ ਉਹਨੂੰ ਸਟਾਂਕ ਦਾ ਕਿਹਾ ਪੂਰਾ ਮਾਪਰਾ ਜੀ। ਅੱਛਾ ਸੰਧਾਰਾ ਸੰਧਾਰਾ ਮੇਰੇ ਮੂੰਹ ਚੋਂ ਕੁਝ ਹੋਰ ਸੁਣਿਆ ਤੀ ਮਦਾ ਸਮਾਨ ਮੰਗਾਇਆ ਤੂੰ? ਅੱਛਾ ਹਾਂ ਬੂਵੇਂ ਮਰ ਜਾ ਵੇ ਮੇਰੇ ਭਰਾ ਤੱਕ ਲੱਗ ਗਿਆ ਕਹਿਣ ਵਿੱਚ ਸ਼ਰਮ ਕਰ ਲੈ ਵਾਲੀ ਮੋਟੀ ਬਾਹਰ ਅੰਦਰ ਜਾਂਦਾ ਬਾਹਰ ਅੰਦਰ ਜਾਂਦਾ ਹੱਥ ਪੈਂਦਾ ਉਹਦਾ ਇਹ ਮੇਰਾ ਸਾਲਾ ਅੱਜ ਕੱਲ ਉਹੀ ਗੁੜ ਤੱਤਾ ਕਰ ਕਰ ਦਈ ਜਾਂਦੇ ਨੇ ਵਿੱਚ ਤਾਂ। ਅੱਛਾ ਹੁਣ ਮੇਰੇ ਭਾਈ ਦਾ ਹੱਥ ਪੈਣ ਲੱਗ ਗਿਆ ਨਾ ਤਾਂ ਤੂੰ ਉਹਨੂੰ ਮਲੰਗ ਦੱਸਦਾ ਸੀਗਾ? ਮਲੰਗ ਤਾਂ ਹੈਗਾ ਉਹ ਮਲੰਗ ਤਾਂ ਰਹੂਗਾ ਗੱਲ ਤਾਂ ਆ ਵੀ ਚੱਲ ਭਾਈ ਉਹ ਬਾਹਰ ਅੰਦਰ ਜਾਂਦਾ ਸਮਾਨ ਲਿਆ ਦੂਗਾ ਬਸ ਉਹ ਨਹੀਂ ਲਿਆਉਂਦਾ ਹੈਗਾ ਕਹੀ ਦੂਗਾ ਤਾਂ ਕਿਵੇਂ ਨਹੀਂ ਫੋਨ ਤੂੰ ਲਾਏਂਗੀ ਵੀ ਲਿਆ ਕੇ ਦੇ ਪਰਾਉਣੇ ਨੂੰ ਹਾਂ ਜਦੋਂ ਮੁੱਦੀ ਪਾਰੀ ਲਾਏ ਡੰਡੇ ਤੇਰੇ ਮੈਂ ਕਿਉਂ ਕਾਦੇ ਵਾਸਤੇ ਲਾਏਗਾ ਡੰਡੇ ਲਾਉਂਗਾ ਨਹੀਂ ਸਿਰ ਪੜਵਾ ਲਈਏ ਮੈਂ ਆਪਦਾ ਹੱਥ ਆ ਜਾ ਹਾਂ ਮਾਰੂ ਖੁਲ ਪਾੜਾ ਲੈ ਹੱਥ ਆ ਪੜ ਇੱਟ ਪੜ ਫੜ ਇੱਟ ਮਾਰ ਮਾਰ ਮੇਰੇ ਮਾਰ ਪੌਕਣਾ ਬੰਦੇ ਮਾਰਦੀ ਤਾਂ ਤੂੰ ਫਿਰਦੀ ਐ ਬੰਦੇ ਮਾਰਨ ਤਾਂ ਤੂੰ ਫਿਰਦੀ ਐ ਹਾਂ ਪੌਕਣਾ ਆ ਉਹਨੂੰ ਗਵੰਡਣ ਨੂੰ ਪੁੱਛ ਗਿਆ ਕੱਲ ਫੈਟੀ ਆ ਜਿਹੜੀ ਦਾਖਲ ਪਈਆ ਗਵੰਡਣ ਤਾਂ ਕਹਿੰਦੇ ਉਹਨੇ ਸਿਮਲੋ ਨੇ ਛਡਾਤੀ ਉਹ ਤਾਂ ਨਾਲੀ 'ਚ ਬੜੀ ਖੜੀ ਤੈਨੂੰ ਕਹਿੰਦੇ ਘਸਾਰ ਤੇਰਾ ਨਾਲੀ 'ਚ ਥੱਲੇ ਗੱਡ ਤਾ ਉਹਨੇ ਬੇਇੱਜ਼ਤੀ ਕਰਾ ਦੀ ਤੇ ਤਾਂ ਚੱਲਦਾ ਵੀਰੋ ਦਾ ਕੁੱਟ ਕਿਉਂ ਖਾਂਦੀ ਆ ਲੋਕਾਂ ਤੋਂ ਫਿਰ ਫਿਰ ਛੇਤੀ ਬੂਕਣ ਲੱਗ ਜਾਂਦੀ ਮੈਨੂੰ ਫਲਾਨੀ ਨੇ ਕੁੱਟਿਆ ਤੇ ਕਿਹਨੇ ਕੁੱਟਿਆ ਕਿਹੜਾ ਸਾਲਾ ਕਹਿੰਦਾ ਗਾ ਸਾਲਾ ਕਹਿੰਦਾ ਗਾ ਚੰਗਾ ਮੇਰੀ ਗੱਲ ਸੁਣ ਹਾਂ ਮੇਰੇ ਫੋਨ ਚ ਪੈਸੇ ਜੇ ਪਾ ਦੇ ਇੰਨੀ ਆਪਣੇ ਕੋਲੇ ਤਾਂ ਆਪਣੇ ਕੋਲ ਤਾਂ 5 ਨਹੀਂ ਤੇਰੀ ਮਾਂ ਤੋਂ ਪਵਾ ਲਾ ਤੇਰੇ ਪਿਓ ਤੋਂ ਪਵਾ ਲਾ ਤੇਰੇ ਭਾਈ ਤੋਂ ਪਵਾ ਲਾ ਲੈ ਮਾਂ ਦਾ ਪੈਸੇ ਪਾਉਂਦੀ ਆ ਫੋਨਾਂ ਚ ਉਹਨੂੰ ਪਾਉਗੀ ਪਾਉਗੀ ਨਹੀਂ ਜਦੋਂ ਸੂਟ ਲੈਣ ਵੇਲੇ ਕੜਕਦ ਨੇ ਲਾਉਂਦੀ ਆ ਹੁਣ ਪਵਾ ਲਾ ਹੈ ਮੈਂ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਦੇਖ ਮੇਰੀ ਸੱਸ ਲੱਗਦੀ ਆ ਮੇਰਾ ਸਹੁਰਾ ਲੱਗਦਾ ਮੈਂ ਮਾੜੀ ਚੰਗੀ ਨਹੀਂ ਕਹਿੰਦਾ ਪਰ ਕਿਸੇ ਦਾ ਘਰ ਨਹੀਂ ਪੱਟਣਾ ਚਾਹੀਦਾ ਲੀਰਾਂ ਨੇ ਮੇਰਾ ਘਰ ਪੱਟਤਾ ਆਹ ਲੀਰਾਂ ਨੇ ਮੇਰਾ ਘਰ ਪੱਟਤਾ ਤੈਨੂੰ ਮੈਂ ਦੱਸਤੀ ਗੱਲ ਮੈਂ ਤੈਨੂੰ ਸਿੱਧੀ ਗੱਲ ਕਹਿਤੀ ਪਕਾਈ ਨਾ ਮਾਰ ਵਾਲਾ ਮੇਰੇ ਪੇਕਿਆਂ ਦਾ ਜਵਾਖ ਮੇਰਾ ਜਵਾਖ ਮੇਰਾ ਉਹ ਮੇਰੇ ਮੂਹਰੇ ਬੋਲਦਾ ਗਾ ਮੈਨੂੰ ਓਏ ਤੋਂ ਬਿਨਾ ਨਹੀਂ ਬੋਲਦਾ ਜਵਾਖ ਮੇਰਾ ਚੰਗਾ ਭਾਗ ਜਾ ਮੈਨੂੰ ਪਕਾਈ ਨਾ ਮਾਰ 15 ਦਿਨ ਨਾਨਕੀ ਲਾ ਕੇ ਆਇਆ ਮੈਨੂੰ ਪਾਪੇ ਤੋਂ ਓਏ ਤੇ ਆ ਗਿਆ ਜਵਾਖ ਆਉਣਾ ਕਰਤੂਤ ਆ ਤੇਰੀ ਕਰਤੂਤ ਆ ਕਰਤੂਤ ਆ ਤੇਰੀ ਕੀ ਕਰਤੂਤ ਆ ਤੇਰੀ ਕੀ ਦੇਣਾ ਤੇਰੀ ਕੀ ਦੇਣਾ ਗਰਜਣ ਨੂੰ ਤੇਰੀ ਕੀ ਦੇਣਾ ਗਰਜਣ ਨੂੰ ਮੈਨੂੰ ਦੱਸੀ ਸਾਰਾ ਪਤਾ ਉਹਨੂੰ ਜਵਾਕ ਨੂੰ ਤੇਰਾ ਆਰੇ ਕਿਵੇਂ ਉਂਗਲਾਂ ਪੜਾਈਆਂ ਨੇ ਉਂਗਲਾਂ ਪੜਾਈਆਂ ਦੇਖ ਤੇ ਤੇਰੀ ਵਜ੍ਹਾ ਨਾਲ ਹੁਣ ਸੱਟ ਵੱਜ ਗਈ ਮੇਰੇ ਆ ਕਿਹੜਾ ਬੋਲੀ ਜਾਂਦਾ ਅੰਦਰ ਆ ਗਿਆ ਖੜਜ ਆ ਗਿਆ ਉਹੀ ਮਰੀ ਜਾਂਦੇ ਆਪਦੀਆਂ ਬਿਠਾ ਰਹੇ ਨੇ ਗੱਲ ਸੁਣ ਲੈਂਦੇ ਕਰ ਜੋ ਦੋ ਜੀ ਗੱਲ ਕਰਦੇ ਨੇ ਕੋਈ ਬੰਦਾ ਬਾਹਰੋਂ ਆਇਆ ਚੰਗਾ ਭਾਗ ਜਾ ਫਿਰ ਮੈਨੂੰ ਕੰਮ ਕਰ ਲੈਂਦੇ ਮੈਂ ਮੇਰਾ ਨਾ ਸਿਰ ਖਾਇਆ ਕਰ ਸਾਰੀ ਦਿਹਾੜੀ ਕੁੱਤਿਆਂ ਵਾਂਗੂ ਭੌਂਕੀ ਜਾਊਗਾ ਓ ਬਾਬੇ ਕੇ ਜਾਣਾ ਭਾਗ ਜਾ ਕੰਮ ਤੇ ਭਾਗ ਜਾ ਜਾ ਕਰ ਲੈ ਦੋ ਪੈਸੇ ਦਾ ਕੰਮ ਮਾਰੂ ਸਾਰੀ ਦਿਹਾੜੀ ਪਕਾਈ ਇੱਥੇ ਖਾ ਕੇ ਗੋਲੀਆਂ ਮੈਂ ਕਹਿੰਦਾ ਮਿੰਟ ਦੋ ਖੜੋ ਬੈਕ ਕਾਲ ਕਰਦਾ ਮੈਂ ਮੀਟਿੰਗ 'ਚ ਹਾਂ ਇੱਥੇ ਅਗਲਾ ਪੜ੍ਹੇ ਲਿਖਿਆਂ ਦੀ ਮੀਟਿੰਗ ਇੱਥੇ ਵਧੀਆ ਨਹੀਂ ਲੱਗਦਾ ਜੀ ਹੋਰ ਅਗਲਾ ਕੂਏ ਫੋਨ 'ਤੇ ਲੱਗਿਆ ਪਿਆ ਹੁਣ ਸਾਰਿਆਂ ਦੀ ਬਿਜ਼ਨਸ ਨੇ ਬੈਕ ਕਾਲ ਮਿੰਟ ਪੰਜ ਖੜਾ ਮਿੰਟ ਫੋਨ ਹੀ ਬਾਹਲੇ ਹੁੰਦੇ ਨੇ ਕੀ ਕਰਾਂ ਬਹੁਤ ਜ਼ਿਆਦਾ ਸਿਆਪੇ ਪਏ ਪਏ ਨਾ ਜਾਣ ਨੂੰ ਗੱਲ ਹੀ ਨਹੀਂ ਕਰਨ ਦਿੰਦੇ ਤੈਨੂੰ ਤਾਂ ਫੋਨ ਇਹਨੇ ਤਾਂ ਕਿਸੇ ਡੀਸੀਆਂ ਦੇ ਨਹੀਂ ਆਉਂਦੇ ਹੋਣੇ ਕੰਮ ਤਾਂ ਡੀਸੀਆਂ ਤੋਂ ਵੀ ਤਾਂ ਨੇ ਆਪਣੇ ਫਿਰ ਐਂ ਤਾਂ ਫਿਰ ਤੈਨੂੰ ਪਤਾ ਹੀ ਹੈ ਹਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਤੀ ਮੈਂ ਤਾਂ 2 ਘੰਟੇ ਹੋ ਗਏ ਤੈਨੂੰ ਡੀਕਦੀ ਨੂੰ ਇੱਧਰ ਲੰਘਿਆ ਹਾਂ ਤੀ ਮੈਂ ਹੱਕਾ ਦੋ ਆਊਗਾ ਗਾਉਂ ਹੋਊ ਕੋਈ ਤੈਨੂੰ ਜ਼ਬਾਨ ਹਲਿਆ ਤਾਂ ਕਰਦਾ ਫਾਇਦਾ ਨੀ ਗੱਲ ਮੂਹਰੋਂ ਨਿਕਲ ਜੇ ਕੱਚੀ ਮੈਂ ਗੱਲ ਕਰਦਾ ਪੱਕੀ ਮੇਰੀ ਗੱਲ ਸੁਣ ਲੈ ਹੁਣ ਤਾਂ ਕੱਲਾ ਵੀ ਮੇਰੇ ਨਾਲ ਲੜ ਪਿਆ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਹੈਗੀ ਓਹੋ ਇਹ ਆਏ ਨਾ ਤੂੰ ਘਣੇ ਜੇ ਪਾ ਕੋਈ ਗੱਲ ਨੀ
ਕੰਮ ਤੇਰਾ ਕਰਾ ਦਾਂਗੇ, ਜੇ ਨਾ ਹੋਇਆ ਆਪਾਂ ਫੇਰ ਵੀ ਕਢਾ ਦਾਂਗੇ। ਹੋਰ ਦੱਸ, ਮੇਰੀ ਮਾਛੀ ਦਾ ਮੁੰਡਾ ਹੋਮ ਗਾਰਡ ਹੀ ਹੈ, ਬੇ ਸਾਹੂ ਖਾ ਦੱਸਾਂ ਮਹਿੰਗੀ ਖਾ ਮਹਾਂ ਕਮਾਂ ਦੀ ਕਰਦਾ, ਨਾ ਕਢਾ ਦਾਂਗੇ ਤੇਰਾ ਜੇ ਬਾਲਾ ਕਰਦੀਆਂ, ਪਰ ਤੈਨੂੰ ਮੇਰੇ ਨਾਲ ਇੱਕ ਵਾਅਦਾ ਕਰਨਾ। ਮੈਂ ਕੋਈ ਹੋਰ ਨਹੀਂ, ਤੇਰੇ ਤੋਂ ਪੈਸੇ ਨਹੀਂ ਮੰਗਦਾ, ਠੀਕ ਹੈ, ਤੇਰਾ ਸਣਾ ਚੁੱਲ੍ਹਾ ਚੌਂਕਾ ਮੈਂ ਕਰ ਦਿਆ ਕਰੂੰ। ਸਿਆਣੀ ਬੈਣੀ ਉਮਰ ਚ ਬੰਦਾ ਫਿਰਦਾ, ਕੋਈ ਚਾਚੀ ਦੀ, ਕੋਈ ਭੂਆ ਦੀ, ਕੋਈ ਮਾਸੀ ਦੀ, ਕੋਈ ਕਹਾ ਨਣਦ ਨਣਦ ਭਰਜਾਈ, ਕੋਈ ਤੇਰੇ ਫਸਾ ਦੇ ਸਿੰਘ ਮੇਰੇ ਚਾੜਦੇ ਟਿੱਬੇ ਤੇ ਪਾਣੀ, ਮੇਰਾ ਸਾਖ ਕਰਾ ਦੇ, ਮੈਂ ਤਾਲੀ ਕੱਢੀ। ਇੰਨੀ ਕੀ ਗੱਲ ਬਸ, ਆਹੀ ਕਿੱਡੀ ਕੋ ਗੱਲ ਆ, ਨਾਓ ਸਣ ਇੱਕ ਤੇਰਾ ਨਾਮ ਸਾਨੂੰ ਸਾਰੇ ਪਿੰਡ ਦਾ ਖੜਾ ਦੇ, ਜੇ ਕਹੇਗੀ ਲਾਭੋ ਨੂੰ, ਲਾਭੋ ਨੂੰ ਆਪਾਂ ਤੜਕੇ ਜਿਹੜੇ ਪਾਉਂਦੇ ਲਾਭੋ ਦੇ ਤਕੜਾ, ਅੱਧੇ ਘੰਟੇ ਦੇ ਵਿੱਚ ਵਿੱਚ ਅੱਧੇ ਘੰਟੇ ਦੇ ਵਿੱਚ ਵਿੱਚ ਲਾਭੋ ਦੇ ਸੱਤ ਅੱਠ ਪਰਚੇ ਪਵਾ ਦੇਣਾ। ਹੋਰ ਦੱਸ, ਸਵਾਦੀ ਆ ਜੇ ਮੇਰੀ ਸੌਕਣ, ਪੱਕੀ ਗੱਲ ਹੈ, ਸਾਰੀ ਅੱਗੋਸੇ ਦੀ ਲਾਈ ਹੋਈ ਹੈ, ਪੱਕੀ ਗੱਲ ਹੈ। ਹਾਂ ਬਸ ਠੀਕ ਹੈ, ਜੇ ਰਹੀ ਗੱਲ ਹਾਂ ਸੀਬੋ ਦੇ ਫੋਨ ਪਾਉਣ ਵਾਲੀ, ਇਹਦੇ ਕੋਲ ਤਾਂ ਗੱਲਾਂ ਨਹੀਂ ਕੱਢਣ ਪਾਉਣ ਨੂੰ ਕੁਛ ਨਹੀਂ, ਮੈਨੂੰ ਤਾਂ ਮਿੰਦਾ ਘਰੋਂ ਕੱਢ ਦੂਗਾ। ਮੈਂ ਹੈਗਾ, ਤੂੰ ਮੇਰਾ ਘਰ ਵਸਾ, ਠੀਕ ਹੈ, ਤੈਨੂੰ ਤੱਤੀ ਬਾਹ ਨਹੀਂ ਲੱਗਦੀ, ਤੂੰ ਮੇਰੀ ਗੱਲ ਤੋਰ ਕੇ ਤੇ ਭੈਣ ਬਣ ਕੇ ਰਿਸ਼ਤੇ ਵਾਲੀ ਗੱਲ ਮਿੰਨਤ ਵਾਲੀ ਗੱਲ ਹੀ ਹੈ ਬਸ, ਇਹ ਮੈਂ ਤੂੰ ਮਿੰਨਤ ਵਾਲੀ ਗੱਲ ਕਿਉਂ ਫਰਿਆਦ ਕਰ, ਮੇਰੀ ਗੱਲ ਸੁਣ ਰਾਮੇ, ਤੂੰ ਮੇਰੇ ਨਾਲ ਖੜਾ, ਮੈਂ ਤੇਰੇ ਨਾਲ ਖੜੀ ਆ, ਬਸ ਠੀਕ ਹੈ, ਠੀਕ ਹੈ, ਤੇਰਾ ਰਿਸ਼ਤਾ ਵੱਟ ਤੇ ਆ, ਚਾਹੇ ਮੈਂ ਉਹਦੇ ਚਾਚੇ ਕਬਾੜ ਵਾਲੇ ਬਾਲੇ ਆਉਂਦੇ ਨੇ, ਮੇਰਾ ਸਾਲਾ ਪਤਾ ਨਹੀਂ ਕੀ ਜਹਾਜ਼ ਡਿਗਿਆ ਹੋਇਆ ਇੱਥੇ, ਬਾਲੇ ਕਬਾੜ ਵਾਲੇ ਆਉਂਦੇ ਨੇ, ਬਾਲੇ ਆਉਂਦੇ ਹਾਂ, ਇਹਨਾਂ ਨੇ ਤਾਂ ਕੰਨ ਖਾਈ ਰੱਖਦੇ ਨੇ, ਦੁੱਖ ਦੀ ਪੈਣ ਵੀ ਨਹੀਂ ਦਿੰਦੇ ਪਹਿਰੇ ਚ, ਪਤਾ ਨਹੀਂ ਮੇਰੇ ਛੜੇ ਕੀ ਮੰਗਦੇ ਨੇ। ਚੱਲ ਠੀਕ ਹੈ ਫਿਰ, ਤੂੰ ਮੜ ਜਾ ਕਰੀ ਗੌਰ ਮੇਰੇ ਕੰਮ ਤੇ, ਤੇਰਾ ਕੰਮ ਪੈਲ ਦੇ ਆਧਾਰ ਤੇ ਫੋਨ ਚਾਹੇ ਮੈਂ ਹੁਣ ਲਾ ਲੈਣਾ ਚੱਛੋ ਨੂੰ, ਜੇ ਕਹਿੰਦੀ ਮੈਂ ਕਹਿੰਦੀ ਆਰਾਮੇ ਤੇਰਾ ਕੰਮ ਮੈਂ ਹੁਣੀ ਲੱਗ ਜਾਂਦੀ ਆ, ਸ਼ੁਰੂ ਕਰ ਦਿੰਦੀ ਆ ਗੱਲ ਕਰਦੀ ਆ, ਮੇਰੀ ਮਾਂ ਨਾਲ ਫੋਨ ਤੇ ਕਿਉਂ ਖਾਂਦਾ ਪੀਂਦਾ ਕੁਛ ਮੈਂ ਨਹੀਂ, ਮੈਡੀਕਲ ਨਸਾ ਮੈਨੂੰ, ਮੈਨੂੰ ਪਤਾ ਤੈਨੂੰ ਤਾਂ ਚਾਹ ਦੇ ਕੱਪ ਦਾ ਬੈਲ ਨਹੀਂ, ਰੁਪਈਆ ਆਪਣੇ ਬਥੇਰਾ ਇਹੋ ਜੀ ਗੱਲ ਨਹੀਂ, ਮੈਨੂੰ ਪਤਾ ਤੇਰਾ ਮਾਨ ਤਣ ਫੁੱਲ ਕਰੂੰ ਮੈਂ। ਚੱਲ ਠੀਕ ਹੈ, ਚੰਗਾ ਗੱਲ ਤੇ ਗੌਰ ਕਰੀ, ਕਿਤੇ ਚੌਲ ਜੇ ਚੱਪ ਕੇ ਨਾ, ਤੈਨੂੰ ਮੇਰੇ ਤੇ ਯਕੀਨ ਨਹੀਂ? ਯਕੀਨ ਹੈ ਫਿਰ, ਬਸ ਫਿਰ ਯਕੀਨ ਨਹੀਂ ਮੰਨ ਜਾ ਹੁਣ ਥਈ, ਮੈਂ ਯਕੀਨ ਨਹੀਂ ਬਿੱਟੀ ਪੁੱਛਿਆ ਬਈ, ਕੋਈ ਨਾ ਇੱਕ ਵਾਰਾ ਕੇਸ ਚੋਂ ਨਿਕਲ ਜਾ, ਫੇਰ ਦੇਖ ਸਾਰਿਆਂ ਨੂੰ ਦੇਖ ਲੂੰ, ਇਕੱਲੇ ਇਕੱਲੇ ਨੂੰ, ਮੈਨੂੰ ਵੀ ਮਿੰਦੋ ਨਾ ਜਾਣਿਓ, ਪਰਾਉਣੀਆਂ ਟੁੱਟ ਪੈਣਾ ਤੈਨੂੰ ਤਾਂ ਰਿਸ਼ਤਾ। ਮੈਂ ਤੈਨੂੰ ਹੋਰ ਕਹਿਣਾ, ਮੈਂ ਹਾਂ ਹੋਰ ਤਾਂ ਉਹ ਠੀਕ ਹੈ, ਠੀਕ ਹੈ, ਸਗਰੂਰ ਨਹੀਂ ਹੁੰਦਾ ਜੀ, ਆਹੋ ਬਸ ਅੱਜ ਹੁੰਦਾ ਜੀ ਸਗਰੂਰ, ਹੈ ਮਹਾ ਬੰਦਾ ਇੱਧਰ ਦਾ ਰੱਖੇ, ਤੂੰ ਐਂ ਦੇਖ ਲੈ ਸਵਰਗ ਹੀ ਆ, ਹੈ ਚੰਡੀਗੜ੍ਹ ਦਾ ਨਾਮ ਮੈਂ ਤਾਂ ਸੁਣਿਆ ਬੰਦੇ ਸਾਰੇ ਐਨ ਪੂਰੇ ਸਾਫ ਸੁਥਰੇ ਚਿਹਰੇ ਚਮਕਦੇ ਨੇ ਕਿ ਨਹੀਂ ਜੀ, ਨੀ ਨਾ ਲਾਏ, ਇੰਨੀ ਗਰਮੀ ਹੈ, ਫੁਫਾਰੇ ਛੱਡ ਦਿੰਦੇ ਜੀ, ਪੈਸੇ ਲਾਏ ਜਾਂਦਾ ਤੇ ਕਿਉਂ ਵੀ ਚੱਕਰ ਕਰਿਆ, ਮੈਂ ਛੱਡ ਦੇਣਾ ਮੈਂ ਛੱਡ, ਅੱਛਾ ਜੇ ਮੈਨੂੰ ਛੱਡਣੇ ਆਉਂਦੇ ਆ, ਆ ਪਾਈਪ ਕਿਉਂ ਚੱਕਦੀ ਮੈਂ, ਨਾਲ ਹੀ ਚੱਕਰ ਕਰਤਾ ਮੈਂ, ਆ 12 ਵਜੇ ਆਇਆ ਕੀ ਕਰਦਾ ਜੀ, ਪਹਿਲਾਂ ਲਾਈਟ ਭੱਜ ਗਈ ਹੈ, ਹੁਣ ਤੱਕ ਘਰੇ ਕੀ ਕਰਦਾ ਸੀ, ਘਰੇ ਰੋਟੀਆਂ ਲਾਈਆਂ ਨੇ, ਜਵਾਕ ਤਿਆਰ ਕਰਕੇ ਸਕੂਲ ਤੋਰਿਆ, ਝਾੜੂ ਪੋਚਾ ਕਰਕੇ ਆਇਆਗਾ, ਕਿਉਂ ਆਇਆ, ਤੀਵੀਂ ਤਾਂ ਮੇਰੀ ਮਰ ਗਈ, ਕੀ ਗੱਲ, ਲੋਕਾਂ ਦੀਆਂ ਤੀਵੀਆਂ ਕੰਮ ਕਰਦੀਆਂ ਨੇ, ਮੇਰੇ ਲਈ ਤਾਂ ਲੜਾਈਆਂ ਤੇ ਹੋ ਗਈ, ਪਰਸੋਂ ਗਵਾਂਢ ਨੇ ਸਿੱਟ ਲਈ, ਅੱਛਾ ਤੇਰੀ ਤੀਵੀਂ ਮਰ ਗਈ, ਮੈਨੂੰ ਐ ਲੱਗਦਾ ਸਾਡਾ ਸੀਰੀ ਵਿਗੜ ਗਿਆ,
ਲੋਕਾਂ ਦੇ ਸੀਰੀ ਤੜਕੇ 4 ਵਜੇ ਆਉਂਦੇ ਨੇ, ਕੱਖ ਕੰਡਾ ਪਾਉਂਦੇ ਨੇ। ਸਾਡੇ ਵਾਲਾ ਲੀਡਰਾਂ ਦੀ ਕਾਰ ਵਾਂਗੂ 10 ਗੇੜ ਦਾ ਪਿੰਡ ਚ ਮਾਰਦਾ ਕੰਜਰ, 12 ਵਜੇ ਘਰੇ ਆਉਂਦਾ। ਗੱਲ ਤਾਂ ਸੁਣ ਲਾ, ਉੱਠਦਾ ਤਾਂ ਮੈਂ 4 ਵਜੇ ਆ, 4 ਵਜੇ ਉੱਠ ਕੇ ਮੈਂ ਸਾਰਾ ਦਾ ਬੇੜਾ ਸਿੰਬਰਦਾ, ਉਦੋਂ ਬਾਅਦ ਬੱਕਰੀਆਂ ਉਹਨਾਂ ਪਰਾਂ ਬੰਨਦਾ, ਫਿਰ ਇਤਨੇ ਨੂੰ ਗਰਜਣ ਉੱਠ ਖੜਦਾ, ਚਾਹ ਪਾਣੀ ਕਰਕੇ ਦਿੰਦਾ, ਫਿਰ ਰੋਟੀ ਟੁੱਕ ਦਾ ਟਾਈਮ ਹੋ ਜਾਂਦਾ। ਦੇਖ ਉਹ ਮਹਾਰਾਣੀ ਮੰਜੇ ਦੇ ਭਾਲਦੀ ਆ ਸਾਰਾ ਕੁਛ। ਬਾਈ ਤੂੰ ਲਾਇਕਦਾ ਹੈ ਨਹੀਂ, ਤੇਰੀਆਂ ਵੀ ਸੁਣ ਲਈਆਂ ਮੈਂ, ਮਹਾਰਾਣੀ ਦੀਆਂ ਵੀ ਸੁਣ ਲਈਆਂ। ਤੂੰ ਕੰਮ ਦਾ ਬੰਦਾ ਹੈ ਹੀ ਨਹੀਂ, ਰਾਤ ਨੂੰ ਡੱਕ ਕੇ ਉਹਦੇ ਨਾਲ ਲੜਾਈ ਕਰਦਾ, ਵਿਚਾਰੀ ਕੀ ਕਰੇ ਫਿਰ ਉਹ, ਤੈਨੂੰ ਕੰਮ ਕਰਕੇ ਕਿਵੇਂ ਦੇਊਗੀ ਉਹ। ਮੇਰੀ ਗੱਲ ਸੁਣ ਲੈ, ਪਹਾੜ ਜਾਣ ਦੇ, ਮੈਨੂੰ ਤਾਂ ਪਤਾ ਨਹੀਂ ਹੈਗਾ, ਨਾ ਤਾਂ ਮੈਨੂੰ ਚਲਾਉਣੇ ਆਉਣਾ, ਧਰਨੇ ਆਉਣਾ, ਮੈਂ ਤਾਂ ਪਾਇਪ ਨਾਲੇ ਨਵਾ ਦਾਂਗੀ। ਸੰਦੀਪ ਆਪਣਾ ਕੰਮ ਜਾਤੀ ਉਹਦੇ ਤਾਂ ਮੈਨੂੰ ਕੀ ਕਰਾਵੇਂਗਾ, ਕੀ ਕੰਮ ਹੈ? ਕੰਮ ਤੇ ਅੰਬੋ ਕੋਈ ਕੰਮ ਹੁੰਦਾ, ਕੋਈ ਬਾਹਰ ਲੰਦਰ ਲਾ ਕੰਮ। ਹਾਂ ਆ ਕਹਿਣ ਕੀ ਨੇ ਕਰਿਆ ਯਾਰ, ਆਪਾਂ ਬਾਹਰ ਕੋ ਨੇ ਕਰਿਆ, ਅੰਬੋ ਨੇ ਕਰਿਆ ਦੇ ਹੁਣੀ ਆ ਮੇਰੇ ਮੂਰੀ। ਮੈਂ ਤੈਨੂੰ 50 ਵਾਰੀ ਸਮਝਾਤਾ ਵੀ ਕਿਵੇਂ ਚੱਲਦੇ ਨੇ, ਫੇਰ ਉਹਦੀ ਗੱਲਾਂ ਸੁਣ, ਮੈਨੂੰ ਚਲਾਉਣੀ ਨਹੀਂ ਆਉਂਦੀ। ਪੁੱਛ ਲਈਦਾ ਹੁੰਦਾ ਜੇ ਕਿਸੇ ਨੂੰ ਨਹੀਂ ਪਤਾ ਕੰਮ ਦਾ, ਪੁੱਛ ਲਈਦਾ ਹੁੰਦਾ ਜੀ। ਅੱਛਾ ਤੁਸੀਂ 12 ਵਜੇ ਆ ਜਾ ਕਰੋ, ਫੇਰ ਉਹੀ ਬਿਮਾਰ ਵਾਲੀ ਗੱਲ ਆ ਗਈ, 12 ਵਜੇ ਨਹੀਂ ਆਇਆ, ਮੈਂ ਤਾਂ ਬਾਹਰ 'ਚ ਬੈਠਾ ਦੀਆਂ ਹੁਣੀ। ਮੇਰੀ ਗੱਲ ਸੁਣ ਲੈ ਭਾਈ, ਤੇਰੇ ਕਹਿੰਦੀ ਪੈਸੇ ਬਹੁਤ ਗਏ ਹੋਏ ਨੇ, ਗੱਲ ਸਿੱਧੀ ਆ, ਮੈਂ ਲਾਉਣ ਲੱਗਿਆ ਰੁਪਏ ਦਾ ਹਿਸਾਬ, ਹੁਣ ਮੇਰੇ ਭਾਪੇ ਹੁਣੀ ਦਾ ਹਿਸਾਬ ਲਾਉਂਦੇ ਨਹੀਂ। ਜ਼ਮੀਂਦਾਰ ਨਵਾਂ ਉੱਠ ਖੜਿਆ, ਐਤਕੀ ਦਾ ਸਾਲ ਲਾ ਲਾ, ਗਾਹਾਂ ਨੂੰ ਤੇ ਤੁਹਾਨੂੰ ਲਵਾਉਂਦੇ ਨਹੀਂ ਹੈਗੇ। ਠੀਕ ਆ ਫਿਰ ਪਹਿਲਾਂ ਕੀ ਗੱਲ, ਜਿਹੜਾ 22 ਸਾਲ ਹੋ ਗਿਆ ਉਹਦਾ ਹਿਸਾਬ ਨਹੀਂ ਕਰਿਆ ਉਹ ਯਾਰ, ਮੈਨੂੰ ਨਹੀਂ ਪਤਾ ਹੈਗਾ ਪਹਿਲਾਂ ਦੇ ਹਿਸਾਬਾਂ ਦਾ, ਇਹ ਹਿਸਾਬ ਕਰਦੇ ਸੀ ਵਿੱਚ ਹੀ ਦਾਰੂਆਂ ਪੀਂਦੇ ਸੀ ਤੁਸੀਂ, ਉਹ ਗੱਲਾਂ ਹੁਣ ਗਈਆਂ। ਹਾਂ ਦਾਰੂਆਂ ਤਾਂ ਰੱਖੀਆਂ ਅਸੀਂ, ਗਾਹਾਂ ਨਾ 2 ਮਹੀਨੇ ਤੇ ਬੰਦਾ ਰੱਖਿਆ ਕਰਾਂਗੇ। ਦਾਰੂਆਂ ਤਾਂ ਯਾਦ ਆ ਗਿਆ, ਜਿਹੜਾ ਮੇਰਾ ਸਾਲਾ ਪੁਲਸੋਂ ਪਟੇ ਖਾਦੇ ਤੇ ਪਿਓ ਪਿੱਛੇ ਉਹਦਾ ਯਾਦ ਨਹੀਂ ਆਇਆ ਕਿਸੇ ਨੇ। ਉਹ ਵੀ ਠੀਕ ਆ, ਦਾਤੇ ਨੇ ਉਹਦੀ ਕਰਤੂਤਾਂ ਨੂੰ ਖਾਦੇ ਨੇ, ਰੇ ਪੜੇ ਭੰਨੇ ਨੇ ਪੁਲਸ ਨੇ, ਉਹ ਫੜ ਜਾ ਪੈਸੇ ਦੇ ਮੈਨੂੰ ਦਿਹਾੜੀ ਦੇ, ਉਹ ਕੱਟ ਇਹਦਾ ਯਾਰ, ਤੈਨੂੰ ਟਾਵੇਂ ਮੈਂ ਜਿਹੜਾ 2 ਲੱਖ ਰੁਪਏ ਮੈਨੂੰ ਛਡਾ ਕੇ ਲੈ ਕੇ ਆਇਆ ਆਪਾਂ ਥਾਣੇਦਾਰ ਨੂੰ ਦਿੱਤਾ, ਉਹ ਵੀ ਕੱਟ। ਜਿਹੜੇ ਮਣਾ ਮੂਹਰ ਲਾਏ ਨੇ ਉੱਥੇ ਉਹ 2014 ਚ ਮੈਨੂੰ 1 ਲੱਖ ਰੁਪਏ ਦਿੱਤਾ, 2016 ਤੱਕ ਮੈਨੂੰ ਦੀਵਾਨੀ ਨਹੀਂ ਗਈ, 2 ਸਾਲਾਂ ਦਾ ਹਿਸਾਬ ਦਿਓ। ਸਾਡੇ ਨਾਲ ਹਿਸਾਬ ਕਰ ਲੈ, ਹਾਂ ਗੱਲ ਸੁਣ, ਹੱਦ ਹੋ ਗਈ। ਆਰਤੀ ਕੋਲੇ ਭਗ ਚੱਲਦੇ, ਉਹ ਤੋਂ ਕਿੰਨੇ ਪੈਸੇ ਆਏ ਨੇ, ਕਿੰਨੇ ਤੈਨੂੰ ਦਿੱਤੇ ਨੇ, ਕਿਵੇਂ ਲਿਖਿਆ ਕੇ ਉਹਨੂੰ ਵੀ ਕਿਹਨੋਂ ਦੇਣੇ ਨੇ? ਮੇਰੇ ਨਾਂ ਤੇ ਕੋਈ ਕਿੰਨੀ ਲਿਖਾਈ ਜਾਵੇ? ਨਾਲੇ ਗੁਰਦੇ ਗੱਟੇ ਰੱਖ ਦੇ, ਗੁਰਦੇ ਗੱਟੇ ਹੀ ਚੱਕ ਚੱਕ ਲਿਆਉਂਦਾ ਰਿਹਾ, ਉਹ ਤੇਰੇ ਬਾਪ ਨਾਲ ਰੱਖ ਕੇ, ਹਾਂ ਘਰੇ ਕੇ ਪਾ ਲੇ, ਹਾਂ ਘਰੇ ਕੀ ਪਾਉਂਦਾ ਨਹੀਂ ਬਰਾਂਡਿਆਂ 'ਚ, ਗੁਰਦੇ ਗੱਟੇ ਚੱਕ ਲੈ, ਹਾਂ ਉਹ ਤਾਂ ਆਪਣੀ ਦੇਖ ਲੈ ਕਿਵੇਂ ਮੂਹਰੇ ਬੋਲਦਾ ਬੇ। ਉਹੀ ਕਹਿੰਦੇ ਨੇ ਕਹਿੰਦੇ ਚੋਲਾ ਹਰ ਪੰਜਾਲੀ ਦਾ ਰਲ ਮਿਲ ਕੇ ਘਰ ਗਾਲੀ ਦਾ, ਤੇਰੇ ਪਿਓ ਨੇ ਤੇ ਇਹਨੇ ਘਰ ਪੱਟਤਾ ਆਪਣਾ ਜਮਾ, ਹੁਣ ਸਾਰੇ ਪੈਸੇ ਭਾਲਦਾ ਹੈ, ਨੋਟ ਆ ਕਰੋ ਇਹਦਾ ਹਿਸਾਬ ਆ, ਹਾਂ ਕਿੱਥੇ ਆ ਚਾਰ ਢੋਲ ਨਿਕਲੇ ਦੀ ਤੇਰੇ ਵਿਆਹ ਵੇਲੇ ਯਾਦ ਨਹੀਂ, ਹੁਣ ਗੁਰਦੇ ਗੱਟੇ ਯਾਦ ਆ ਗਏ, ਉਹਦਾ ਫਿਰ ਆਲਿਆ ਹੀ ਸੀਰੀ ਆਲਿਆ ਹੀ ਬੋਤਲ, ਨਹੀਂ ਉਹ ਚਾਰ ਢੋਲ ਸਾਰੀ ਉਮਰ ਹੀ ਚੱਲਦੇ ਰਹੇ। ਹਾਂ ਹਾਂ ਕੀ ਗੱਲ ਤੇ, ਠੀਕ ਹੈ ਬਾਈ, ਪੀ ਕੇ ਨਾ ਬੁਲਾਉਂਦੇ ਸਕੀ ਵਾਲਿਆਂ ਨੂੰ, ਮੈਂ ਕੀ ਕਹਿੰਦਾ ਕਾਰਡ ਨਹੀਂ, ਫਿਰ ਪੀ ਇਕੱਲੇ ਉਹੀ ਚਾਰ ਤੇ ਖੜਾ, ਤੂੰ ਤੂੰ ਮਾਰ ਉਹ ਜਿਹੜੇ ਕੱਟੇ ਨੇ, ਉਹ ਉਹੀ ਗੁਰਦੇ ਗੱਟੇ ਆਈ ਦੀ ਚਾਰ, ਸਾਰੀ ਜ਼ਿੰਦਗੀ ਚ ਮੈਂ ਤਾਂ ਗੁਰਦਾ ਗੱਟ ਨਹੀਂ ਆਇਆ। ਤੂੰ ਰਹਿਣ ਦੇ ਰਹਿਣ ਦੇ, ਕਾਹਨੂੰ ਲੜਾਈ ਕਰਦਾ ਰਹਿਣ ਦੇ, ਮੈਂ ਵੀ ਟੱਕੀ ਬੈਠਾ ਸੰਦੀਪ, ਮੈਂ ਟੱਕੀ ਬੈਠਾ, ਤੂੰ ਚੱਕ ਜਿਹੜੇ ਚੱਕਦਾ ਹੁਣ ਸਿਰੇ ਦਾ ਜਈ ਖੜਿਆ, ਮੈਂ ਨਹੀਂ ਚਾਹੇ ਕੁੱਟ ਲੋ ਮਾਰ ਲੋ, ਮੈਂ ਪੜਦਾ ਨਹੀਂ। ਨਾ ਮੇਰੀ ਗੱਲ ਸੁਣ, ਜਿਹਦੇ ਨਾਲ ਰਲ ਮਿਲ ਕੇ ਬਹਿ ਕੇ ਖਾਣਾ ਹੈ ਪਰਦੇ ਉਹਦੇ ਚੱਕੀ, ਸਾਡੇ ਪਰਦੇ ਕਾਹਦੇ ਨੇ, ਮਾਂ ਪੁੱਤਾਂ ਦੇ ਸਾਡੇ ਪਰਦੇ, ਜ਼ਿੰਮੇਵਾਰ ਬੰਦੇ ਹੋਵੇ ਬੰਦਾ ਚੱਕੇ ਚੱਕਣੇ ਹੁੰਦੇ, ਥਾਣੇ 'ਚ ਚੱਕ ਦਿੰਦਾ, ਹਾਂ ਖਾਣ 'ਚ ਲੇਡੀ ਪੁਲਿਸ ਪਾਉਂਦੀ ਮੂਦੇ ਸਾਰਿਆਂ ਨੂੰ, ਵੀ ਅਸੀਂ ਲੱਖ ਖਾਣ ਕੁੱਤਾ ਵੀ ਖਾਣ ਕੁੱਤਾ, ਹੋਰ ਮੈਂ ਦਾਤੀ ਵੀ ਖਾਣਾ ਬੰਦੇ, ਡਾਂਗਾ ਖਾ ਕੇ ਖਾਣ ਕੁੱਤੇ ਹੋ ਜਾਂਦੇ, ਹਾਂ ਕਿੰਨਾ ਚਿਰ ਮਤਲਬ ਆਉਂਦਾ। ਮੇਰੀ ਗੱਲ ਸੁਣ ਲੈ ਯਾਰ, ਤੜਕੀ ਬਲੈਟ ਨਾ ਬਦਾ, ਠੀਕ ਹੈ? ਮੇਰੇ ਪਿਓ ਕਿੱਧਰ ਭੱਗ ਗਏ? ਮੈਨੂੰ ਕੀ ਪਤਾ ਤੇਰੇ ਪਿਓ ਦਾ ਯਾਰ, ਹੋਰ ਕਿਹਨੂੰ ਪਤਾ? ਸਾਡੇ ਨਾਲ ਜੋ ਬੀਤਣਾ, ਫਟ ਪਿਆ ਗੇਟਾ, ਚੱਲ ਰਿਹਾ ਮਾਰ ਮਾਰ ਕੰਮ। ਸਤਿ ਸ੍ਰੀ ਅਕਾਲ ਜੀ, ਤੈਨੂੰ ਮੈਂ ਗੱਲ ਦੱਸਤੀ, ਆ ਜਾ ਆ ਲਾ ਲੈ, 6 ਮਹੀਨਿਆਂ ਨੂੰ ਫੜ ਵੱਡੂ ਤੇਰਾ। ਨਮਸਕਾਰ ਜੀ। ਹਾਂ ਨਮਸਕਾਰ, ਇਹ ਹੋਰ ਮੁੰਡਾ ਠੀਕ ਹੈ? ਹੋਰ ਪੁੱਤਾਂ? ਹਾਂ ਠੀਕ ਹਾਂ। ਮੇਰਾ ਪਾਪਾ ਕਿੱਧਰ ਗਿਆ? ਇਹਦਾ ਪਾਪਾ? ਮੇਰਾ ਪਾਪਾ? ਮੈਨੂੰ ਕੀ ਸੁਪਨੇ ਆਉਂਦੇ? ਬਾਬਾ ਦੱਸ ਚੁੱਪ ਕਰਕੇ ਤੈਨੂੰ ਗੱਲ ਦੱਸਦੀ, ਕਿੱਥੇ ਆ? ਉੱਥੇ ਜਿਹਨੇ ਚੜ ਮਾਰਾ ਲਫੜਾ ਗਾਈ ਦੇ ਨਹੀਂ ਨਹੀਂ ਦੇਖ ਲੈ ਜੱਟ ਆ ਜਾ।
ਨੌਕਰ ਬੰਦੇ ਨਾਲ ਅਸੀਂ ਕੋਈ ਝੱਟ ਨਹੀਂ ਦੇ ਨੌਕਰਾਂ ਤੋਂ ਕੰਮ ਕਰਾਉਣੇ ਸੀ ਮੇਰੇ ਨਾਲ ਦੇਖ ਲੈ ਫਿਰ ਹੈਂ ਮੈਨੂੰ ਜਿਹੜੀ ਤੇਥੋਂ ਪੁੱਛੀ ਆ ਮੇਰੇ ਨਾਲ ਦੇਖਿਆ ਤਾਂ ਕੋਈ ਸਨੈਪ ਪਾਈ ਆ ਮੈਂ ਤੈਨੂੰ ਤੇਰੇ ਭਾਪੇ ਨਾਲ ਮੈਨੂੰ ਐਂ ਦੱਸ ਦੇ ਕੋਈ ਸਟਰੀਕ ਤੇਰੇ ਕੋਲ ਆਈ ਹੈ ਜੇ ਮੈਂ ਤੇਰੇ ਭਾਪੇ ਨਾਲ ਜਾਣਾ ਮਾਰੂ ਸਾਲੇ ਦੇ ਸਾਲਾ ਸਟਰੀਕ ਦਾ ਮੈਂ ਜਦੋਂ ਤੇਰੇ ਭਾਪੇ ਨਾਲ ਜਾਣਾ ਮੈਂ ਤਾਂ ਨਾਲ ਦੀ ਨਾਲ ਅਪਲੋਡ ਕਰਦਾ ਵੀ ਅਸੀਂ ਤਾਂ ਇੱਥੇ ਆ ਜੀ ਲੈਵਲਕੇਸ਼ਨ ਪਾਉਣਾ ਮੈਂ ਤਾਂ ਮਾਰੇ ਨਾਲ ਮੈਨੂੰ ਕੀ ਪਤਾ ਯਾਰ ਵੀ ਕਿੱਥੇ ਕਿੱਥੇ ਨਾ ਯਾਰ ਕਮਾਲ ਦੀ ਗੱਲ ਹੈ ਮੇਰੇ ਤੇ ਆ ਚੜਦੇ ਹੋ ਗੱਲ ਨਹੀਂ ਬਾਤ ਨਹੀਂ ਮੈਨੂੰ ਨਹੀਂ ਪਤਾ ਭਾਈ ਨਾ ਤੈਨੂੰ ਪਤਾ ਨਹੀਂ ਨਾ ਨਹੀਂ ਰਾਤੀ ਵੀਡੀਓ ਸਨੈਪਚੈਟ ਬਣਾ ਚੱਲ ਪਈ ਹਾਏ 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 ਪੁੱਛੀ ਨਾ ਤੁਸੀਂ ਜਿਹੜੀ ਅੰਦਾ ਜਿਹੜੀ ਹਾਏ ਹਾਏ ਦੁੱਖ ਲੱਗਦਾ ਹਾਏ ਲੱਗੂਗਾ ਦੋ ਮਾਰ ਕੇ ਬਣਾ ਵੀਡੀਓ ਲੋਕੇਸ਼ਨ ਦੱਸੋ ਕਿੱਥੋਂ ਦੀ ਪਾਈ ਹੈ ਮੇਰਾ ਸੋਹਣਾ ਪਿੰਡ ਨਮੋਲ ਹਟਦਾ ਬਚੀਦਾ ਯਾਰ ਰੱਸੀ ਮੱਚ ਗਈ ਮੇਰੀ ਗੱਲ ਸੁਣ ਲੈ ਅਸੀਂ ਭਾਲਣ ਜਾਂਦੇ ਜੇ ਨਾ ਬੰਦੇ ਤਾਂ ਆਉਂਦੇ ਨੂੰ ਦੇਖੀ ਤੇਰੇ ਨਾਲ ਕੀ ਹਾਲਤ ਬਣ ਗਈ ਮਾੜਾ ਜਿਹਾ ਕਰੀ ਉਹਨਾਂ ਨੂੰ ਕਿਉਂ ਕਰਾਂਗਾ ਆਉਂਦੇ ਅਸੀਂ ਭਾਲ ਕੇ ਚੰਗਾ ਪੂਰੀ ਰਹੀ ਕੁੱਤਾ ਮੈਨੂੰ ਨੌਕਰ ਦੱਸਦਾ ਵਾ ਮੈਨੂੰ ਨੌਕਰ ਦੱਸਦਾ ਹੋਰ ਲਾ ਦੇ ਹੁਣ ਤਾਂ ਕੱਢ ਲਾ ਹਰ ਚੁੱਪ ਕਰਦਾ ਕੁੱਤਾ ਮਜ਼ਾ ਮਜ਼ਾ ਮਰ ਜੂ ਮੇਰਾ ਸਾਲਾ ਥਾਣਿਆਂ ਚ ਬਹੁਤ ਔਖਾ ਮੈਨੂੰ ਪਤਾ ਕਿਵੇਂ ਰਾਤਾਂ ਕੱਟੀਆਂ ਨੇ ਮੈਂ ਟਲੇ ਹੋਇਆ ਸੀ ਮੇਰੀ ਗੱਲ ਸੁਣ ਲੈ ਤੂੰ ਫੋਨ ਨਾ ਚੱਕ ਅਸੀਂ ਫੋਨ ਦੁਆ ਬੰਦ ਕਰਾਂਗੇ ਫੋਨ ਸਾਡਾ ਉਹ ਚੱਕ ਲੈਣਗੇ ਉਹ ਹਾਂ ਪੁਲਿਸ ਵਾਲੇ ਤੂੰ ਗੱਲ ਸੁਣ ਲੈ ਮੇਰੀ ਭਾਂਡੇ ਮੇਰੇ ਧਰੇ ਹੋਏ ਨੇ ਭਾਂਡੇ ਤੂੰ ਲੈ ਜੀ ਕੋਈ ਗੱਲ ਨੀ ਭਾਂਡਿਆਂ ਨੂੰ ਤੈਨੂੰ ਜਵਾਬ ਨੀ ਹੈਗਾ ਪਰ ਧਰੇ ਮੇਰੇ ਹੋਏ ਨੇ ਉਹ ਹਾਂ ਸਾਲਾ ਚੱਲਣ ਦਾ ਖੇ ਮੇਰੀ ਚੱਲਦੀ ਹੈ ਕੁਛ ਨੀ ਓਦਾਂ ਚੱਲਣ ਨੂੰ ਰੱਖ ਮੈਂ ਚੱਡਾ ਤੂੰ ਅਸੀਂ ਆਪ ਹੀ ਘਰ ਆ ਗਿਆ ਕਿ ਕੋਈ ਨਾ ਤੂੰ ਤੂੰ ਭਾਂਡੜਾ ਮੰਗ ਜਾਈ ਸੰਦੀਪ ਤੋਂ ਕੁੱਟੂ ਤੈਨੂੰ ਉਹ ਹਾਂ ਮੈਂ ਤੇ ਨੱਚ ਰਿਹਾ ਹੋਰ ਕੌਣ ਆ ਗਏ ਠੀਕ ਹੈ ਚੰਗਾ ਹੋਰ ਸਾਰੇ ਪੂਜੀ ਤੂੰ ਕੱਲੇ ਤੂੰ ਕੀ ਕਰਾਉਣਾ ਤੂੰ ਠੇਕਾ ਦੇਖ ਕਿੱਥੇ ਲੱਭੇ ਲਾਉਂਦਾ ਠੇਕਾ ਪੁੱਛਦੇ ਆਪਾਂ ਮੇਰਾ ਤਾਂ ਤਾਲ ਜਾ ਮੱਚੀ ਜਾਂਦਾ ਕੋਈ ਫੋਨ ਨੀ ਚੱਕ ਰਿਹਾ ਆਪਣਾ ਫੋਨ ਤਾਂ ਮੈਂ ਦੁਬਾਰੇ ਲਾ ਕੇ ਦੇਖਾਂ ਉਹਨੂੰ ਸੀਰੀਏ ਨੂੰ ਮੈਂ ਤੈਨੂੰ ਇੱਕ ਗੱਲ ਦੱਸਦੀ ਜੇ ਉਹਨੇ ਅੱਜ ਨਾ ਫੋਨ ਚੱਕਿਆ ਇੱਕ ਮੇਰੇ ਤੇ ਕੇਸ ਹੋਰ ਪਊ ਹਾਂ ਵੀ ਸੀਰੀ ਕੁੱਟਤਾ ਦੇਖ ਭਲਾ ਫੋਨ ਲਾ ਕੇ ਨਾ ਬਰਾਹੀ ਦੇਖੀ ਉਹਦਾ ਮੈਨੂੰ ਨਹੀਂ ਪਤਾ ਤੇਰਾ ਫੋਨ ਹੈ ਬਿੱਲ ਤਾਂ ਜਾਂਦੀ ਹੈ ਜਾਂਦੀ ਹੈ ਬਿੱਲ ਆਪਾਂ ਬਹਿ ਜਾਂਦੇ ਕਿਤੇ ਬਿੱਲ ਤਾਂ ਜਾਂਦੀ ਹੈ ਇੱਥੇ ਬਹਿ ਜਾ ਜਵਾਕਾਂ ਕੋਲ ਬਹਿ ਜਾ ਕਿਉਂ ਦਾ ਹਾਂ ਚੱਕਦਾ ਨਹੀਂ ਹੈ ਨਜ਼ਰਾ ਚੱਕਦਾ ਨਹੀਂ ਹੈ ਦੇਖੀ ਚੱਕਦਾ ਨਹੀਂ ਆ ਦੇਖੀ ਫਿਰ ਮੈਥੋਂ ਕਿਥੋਂ ਚੱਕੂ ਜਦੋਂ ਤੈਨੂੰ ਨਹੀਂ ਆਏ ਵੀ ਆਹੋ ਆਈ ਕਹਿੰਦੀ ਆ ਉਹ ਕਹਿੰਦੀ ਵੀ ਚੱਕਦਾ ਨਹੀਂ ਹਾਂ ਕਹਿੰਦੀ ਇਹੋ ਆ ਵਿਆਹ ਵਿਆਹ ਤਾਂ ਕਹਿੰਦੀ
ਬਾਪਾ ਚੱਕਦਾ ਨਹੀਂ ਚੱਕਦਾ ਨਹੀਂ ਆਖਬਾ ਫਿਰ ਕੀ ਆ ਇਹ ਫਸ ਗਏ ਤੁਸੀਂ ਉੱਤੇ ਗੱਲ ਤਾਂ ਆ ਔਖਾ ਹੋਇਆ ਤੇ ਇਹ ਚ ਹੋਰ ਤਾਂ ਕੁਛ ਨਹੀਂ ਪਗਾਨਾ ਸ਼ਹਿਰ ਆ ਹੈ ਆ ਲੈ ਲੈ ਤਾਂ ਜੀ ਮੈਂ ਹੂ 500 ਕਿੱਲੇ ਚ ਕਿੰਨਾ ਨਾ ਹੈ ਹੋਰ ਕਿੰਨਾ 495 ਚ ਨਾ ਨਾ 500 ਕਿੱਲਾ ਟੱਪੂ ਇਹ 495 ਮੈਂ ਫਿਰ ਤੂੰ ਐ ਕਰ ਕਰਮਾ ਪਾ ਲੈ ਪਾ ਲੈ ਹਾਂ ਪਾ ਲੈ ਗੇੜਾ ਉੱਤੋਂ ਦੀ ਦੇ ਲੈਣੇ ਹੈਗੇ ਜਿੱਧਰ ਦੀ ਮਰਜ਼ੀ ਦੇ ਲੈ ਹਾਂ ਲੈ ਜਵਾਕ ਵੀ ਠੱਤ ਦੂਗਾ ਬਾਈ ਆਪਾਂ ਕੋਈ ਨਾ ਤੂੰ ਗੱਲਾਂ ਕਰਦੇ ਆਪਸ ਆਪਾਂ ਤਾਂ ਪਾਪਾ ਤੁਹਾਨੂੰ ਕੋਈ ਬਦਮੀ ਘੱਟ ਵੀ ਤਾਂ ਕਹੀ ਨਹੀਂ ਆਪਾਂ ਤੂੰ ਗੱਲਾਂ ਕਰਦੇ ਇਹਦੀਆਂ ਤੂੰ ਐ ਦੇਖ ਲੈ ਹਾਥੀ ਦੀ ਡੋਬ ਆਵਰੇ ਤਾਂ ਹੀ ਤਾਂ ਪਸ਼ੂ ਨਹੀਂ ਛੱਡਦੇ ਇਹ ਤਾਂ ਗੱਲ ਹੈ ਤੇਰੇ ਹੈ ਨਹੀਂ ਆਪਣੇ ਵਾਲੇ ਉਰੇ ਮੱਛਾਂ ਬਾੜ ਦੇਣ ਬਾਈ ਹਾਂ ਲੈ ਰੱਬ ਜੇ ਇੱਕ ਹੋਰ ਮਾਰਦੇ ਨਾ ਵਧੀਆ ਛੜਾਕਾ ਜਾ ਸਾਰੀ ਚੱਲ ਪਈ ਸਬਜ਼ੀ ਜੀ ਚੱਲ ਤੂੰ ਖਰ ਵਧੀਆ ਪਈ ਪਰ ਆਪਣੇ ਗੜੇ ਦੇ ਵਿੱਚ ਕੁਛ ਉਲਝ ਜਲੂਲ ਤਾਂ ਆਪਾਂ ਪਾਉਂਦੇ ਨਹੀਂ ਦੇਖ ਆਪਾਂ ਤਾਂ ਦੇਸੀ ਤਰੀਕੇ ਨਾਲ ਚੱਲਦੇ ਹਾਂ ਲੱਸੀ ਦਾ ਸਪਰੇਅ ਮਾਰਤਾ ਤਿੱਕਾ ਹੁਣ ਵਧੀਆ ਉੱਠ ਖੜੀ ਹੱਲ ਦੇਖ ਲੈ ਸਾਰਾ ਕੁਛ ਚੌਲੇ ਚੂਲੇ ਕੱਦੂ ਕੁੱਦੂ ਐਨ ਪਏ ਨੇ ਫਿਰ ਐਂ ਵੀ ਦੇਖਣ ਵਾਲਾ ਕਹੇ ਅਗਲਾ ਵੀ ਲਾਬੇ ਦਾ ਖੇਤ ਹੈ ਐਂ ਕਰਦੇ ਹਾਂ ਮੌਸਮਾਂ 'ਚ ਕੁਛ ਬਾਕੀ ਨਾਲੋਂ ਦਿਨਾਂ ਨਾਲੋਂ ਠੀਕ ਹੈ ਨਾਲੇ ਤਾਂ ਬੂਝੇ ਜੇ ਫੜੂ ਹੁਣ ਨਾਲੇ ਕੱਖਾਂ ਦੀ ਕੱਟਦਾਰਾਂ ਦਾ ਫਿਰ ਪਿੰਡ ਚੱਲਾਂਗੇ ਆਥਣੇ ਦੇਖਦੇ ਪਿੰਡ ਦੀ ਵੀ ਕੋਈ ਖਬਰ ਸਾਰ ਲੈਂਦੇ ਹਾਂ ਲਾਬੋ ਨੂੰ ਪੁੱਛਦਾ ਰੋਟੀ ਰਾਟੀ ਨੂੰ ਬਾਰੇ ਕਹਿਣਾ ਵੀ ਰੋਟੀ ਲਿਆ ਪਾ ਉਹ ਲਾਬੋ ਆ ਰੋਟੀ ਲਿਆ ਪਾ ਕੇ ਪਾ ਦੇ ਕੇ ਮੈਂ ਇੱਥੇ ਆਉਣਾ ਚੱਲ ਜੀ ਰੋਟੀ ਤਾਂ ਮੈਂ ਲਿਆਈ ਨਹੀਂ ਫਿਰ ਤੂੰ ਕੀ ਕਰਨ ਆ ਗਈ ਵਾਰੀ ਜੇ ਰੋਟੀ ਨਹੀਂ ਲਈ ਮੈਂ ਤਾਂ ਉਹੀ ਆ ਗਈ ਘਰੇ ਨਾ ਜੀ ਨਹੀਂ ਲੱਗਿਆ ਮੈਂ ਚੱਲ ਖੇਤ ਪਾ ਜਾਂਦੀ ਹਾਂ ਮੈਂ ਕਹਿੰਦਾ ਤੇਰਾ ਕੋਈ ਮਿਲਿਆ ਨਹੀਂ ਹੋਣਾ ਚੁਗਲੀ ਵਾਲਾ ਨਹੀਂ ਟੱਕਰਿਆ ਹੋਣਾ ਤੂੰ ਐਂ ਸਿੱਧੀ ਗੱਲ ਕਹਿ ਦੇ ਨਾ ਜੀ ਵਾਲੀ ਕੀ ਗੱਲ ਹੈ ਚੁਗਲੀ ਵਾਲੇ ਦੀ ਗੱਲ ਨਹੀਂ ਹੈਗੀ ਜਾਂ ਕਿਸੇ ਨੇ ਮੂੰਹ ਨਹੀਂ ਲਾਈ ਹੋਣੀ ਗਈ ਤਾਂ ਹੋਵੇਗੀ ਕਿਸੇ ਦੇ ਪਤਾ ਨਹੀਂ ਗਈਆਂ ਕਿਸੇ ਦੇ ਘਰੇ ਤੂੰ ਅੱਜ ਮਨ ਜਾ ਕੁਛ ਹੋਰ ਹੀ ਹੋਇਆ ਬੈਦੀ ਘਰੇ ਕੰਮ ਨੇ ਮੇੜ ਕੇ ਆ ਜੱਸੀ ਆਉਂਦਾ ਤੀ ਮੈਂ ਉਹਦੇ ਨਾਲ ਚੜ ਕੇ ਮੋਟਰਸਾਈਕਲ ਤੇ ਆ ਗਈ ਮੈਂ ਮੈਨੂੰ ਖੇਤ ਤਾਰਿਆ ਜੱਸੀ ਨਾਲ ਤਾਂ ਚੜ ਕੇ ਆ ਗਈ ਮਾੜਾ ਜਿਹਾ ਮੋਟਾ ਜਿਹੜਾ ਬੰਦਾ ਖੇਤ ਉਹਦੇ ਬਾਰੇ ਵੀ ਤਾਂ ਸੋਚੀ ਨਾ ਹੁੰਦਾ ਵੀ ਉਹ ਵੀ ਕੋਈ ਰੋਟੀ ਪਾਣੀ ਖਾਊਗਾ ਘਰੇ ਜਾ ਕੇ ਖਾ ਲਈ ਨਾ ਤੂੰ ਘਰੇ ਤਾਂ ਮੈਂ ਖਾਊਂਗਾ ਹੀ ਫਿਰ ਤੁਹਾਡੀ ਕੀ ਲੋੜ ਤੀ ਜਨਾਬ ਚਾਹੁੰਦੀ ਤਾਜ਼ੀਆਂ ਬਣਾ ਕੇ ਦਊਂਗੀ ਤੜਕੇ ਦੇ ਮੈਨੂੰ ਐ ਦੀਗਾ ਮੈਂ ਪਹਿਲਾਂ ਅੱਕਿਆ ਮੈਂ ਤੇਰੀਆਂ ਤਾਜ਼ੀਆਂ ਤੋਂ ਮੈਨੂੰ ਪਤਾ ਰਾਤ ਵਾਲੀਆਂ ਰੋਟੀਆਂ ਗਰਮ ਕਰਕੇ ਖਵਾਉਣੀਆਂ ਮੈਨੂੰ ਸਾਰਾ ਪਤਾ ਤੇਰੀ ਗੱਲ ਦਾ ਜੇ ਕਿਤੇ ਤੈਨੂੰ ਐ ਵੀ ਲੱਭਣ ਕੋਈ ਪਤਾ ਨਹੀਂ ਲੱਗਾ ਵੇ ਕਿੱਡੇ ਕਿੱਡੇ ਕਫਨ ਤੋਲਦਾ ਤੇਰੀ ਲੈ ਜੇ ਸ਼ਰਮ ਤਾਜ਼ੀਆਂ ਰੋਟੀਆਂ ਬਣਾ ਕੇ ਦਿੰਨੀ ਆਗੀ ਜੇ ਮੈਂ ਹਨਾ ਰਾਤ ਵਾਲੇ ਰੋਟੀਆਂ ਤੇ ਕਿਉਂ ਲਾ ਕੇ ਲਿਆਉਣਾ ਹੁੰਦਾ ਉਹਨੂੰ ਤੇਰੀ ਉਰੇ ਰਾਂ ਦੇ ਕੱਟੀ ਹੁੰਦੀ ਅੱਛਾ ਹਾਂ ਮੈਨੂੰ ਕਾਹਨੂੰ ਪਤਾ ਲੱਗਦਾ ਹਨਾ ਮੈਨੂੰ ਕਾਹਨੂੰ ਪਤਾ ਲੱਗਦਾ ਤੂੰ ਸ਼ਹਿਰੀਆਂ ਛੱਡ ਦੇ ਲੱਭੋ ਮੇਰੀ ਗੱਲ ਸੁਣ ਲਾ ਲੋਕਾਂ ਦੇ ਘਰੇ ਬੰਦਿਆਂ ਦੇ ਆਉਂਦੇ ਹੁੰਦੇ ਨੇ ਲਾਂਬੇ ਵੀ ਤੁਹਾਡੇ ਬੰਦੇ ਨੇ ਆਹ ਕਰਤਾ ਤੁਹਾਡੇ ਨੇ ਆਹ ਕਰਤਾ ਮੇਰੇ ਘਰੇ ਤੇਰੇ ਆਉਂਦੇ ਨੇ ਮੈਨੂੰ ਤਾਂ ਮੂੰਹ ਨਹੀਂ ਲੁਕਾਉਣ ਨੂੰ ਜਗ੍ਹਾ ਹੈਗੀ ਕਿਤੇ ਦੱਸ ਕੀ ਕਰਾਂ ਕਰ ਮੈਂ ਦੱਸ ਕੀ ਕਰਦਾ ਤੈਨੂੰ ਆ ਮਾੜੀ ਮੋਟੀ ਕਿਸੇ 1-2-3 ਮਹੀਨਾ ਲੜਾਈ ਹੋ ਗਈ ਤੂੰ ਤਾਂ ਉਹ ਸਿਰ ਵੀ ਚੱਕੀ ਫਿਰਦਾ ਕਿਵੇਂ 1-2 ਨਾਲ ਹੋਰ ਹੁਣ ਪਿੰਡ 'ਚ ਛੱਡੀ 1-2 ਹੀ ਆ ਤਾਂ ਬਾਕੀ ਸਭ ਨਾਲ ਹੋਈ ਹੋਈ ਹੈ ਸ਼ਰੀਕੇ 'ਚ ਕਿਸੇ ਨਾਲ ਵਰਤਣ ਜੋਗਾ ਛੱਡ ਦੇ ਮੈਨੂੰ ਮੈਨੂੰ ਤਾਂ ਪਿੰਡ 'ਚ ਲਾਭਾ ਲਾਭਾ ਹੁੰਦੀ ਤੀ ਜਦੋਂ ਦੀ ਤੂੰ ਆਈਆਂ ਪੁੱਠੇ ਪੈਰਾਂ ਵਾਲੀਏ ਮਹਾ ਮੈਂ ਤਾਂ ਖੇਤ ਹੀ ਬੈਠਣ ਲੱਗਿਆ ਪਿੰਡ 'ਚ ਵੀ ਜਾਣੂ ਹਟ ਗਿਆ ਬਾਗ ਜਾ ਪਿੰਡ ਮੈਂ ਤਲਾਕ ਦੇ ਦੇਣੀ ਹੈ ਸਾਂਭ ਲੈ ਆਪਦੇ ਮੁੰਡੇ ਸਾਂਭ ਲੈ ਮੁੰਡਾ ਮੈਂ ਰੱਖ ਲੂੰ ਤੂੰ ਭਗ ਜਾ ਜਾਣਾ ਆਏ ਨਹੀਂ ਜਾਂਦੀ ਹੈਗੀ ਸਾਰੇ ਕੱਚੋ ਹਿੱਸਾ ਲੈ ਕੇ ਜਾਊ ਜ਼ਮੀਨ ਅੱਧੀ ਘਰ ਅੱਧੀ ਮੁੰਡਾ ਮੇਰਾਗਾ ਮੁੰਡੇ ਨੂੰ ਲੈ ਕੇ ਜਾਊਂਗੀ ਫਿਰਦਾ ਰਹੀ ਇੱਥੇ ਡੰਡੇ ਵਜਾਉਂਦਾ ਕਿਸੇ ਨੇ ਮੂੰਹ ਨਹੀਂ ਲਾਉਣਾ ਮੂੰਹ ਵੀ ਤੈਨੂੰ ਕਿਸੇ ਦੀ ਰੋਟੀ ਮਿਲ ਗਈ ਚੱਲ ਚੰਗਾ ਫਿਰ ਰੋਟੀ ਚੱਲ ਕਰੀ ਚੱਲ ਕੇ ਤੇ ਫਿਰ ਖਾਈ ਰੋਟੀ ਚੱਲ ਤੇ ਹੁਣ ਆਏ ਨਾ ਲੈਣ ਤੇ ਆ ਕੱਦੂ ਐਡੇ ਐਡੇ ਲਾ ਰੱਖੇ ਨੇ ਘਰੇ ਤੋੜ ਕੇ ਲੈ ਜਾ ਕਰ ਤੋੜ ਲਿਆਉਂਗਾ ਔਰ ਉਹ ਕਿਹੜਾ ਕਿਸੇ ਨੇ ਲਿਜਾਣੇ ਨੇ ਆਪਣੀ ਕੱਦੂ ਨੇ ਮੈਂ ਆਥਣੇ ਤੋੜ ਦੇਊ ਮੈਂ ਕੱਖ ਵੀ ਵੱਢ ਕੇ ਲੈ ਕੇ ਚੱਲ ਆਪਾਂ ਰੋਟੀ ਖਾਣੇ ਹੁਣ ਚੱਲ ਕੇ ਚੱਲ ਹੋਰ ਹੁਣ ਕਿਵੇਂ ਰੋਟੀ ਖਾਣ ਤੇ ਗੱਲ ਆ ਗਈ ਹੈ ਆਏ ਨਹੀਂ ਕਰਦੇ ਹੁੰਦੇ ਰਾਮੀ ਵੀ ਰਾਮੀ ਲੈ ਪਾਣੀ ਪੀ ਲੈ ਠੰਡਾ ਹੋਰ ਕੰਮ ਫੇਰ ਕਰਨ ਨੂੰ ਪਾਣੀ ਦਮ ਲੈ ਲੈਣਾ ਹਨਾ ਨਾਲੇ ਪੀ ਲੂ ਪਾਣੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ
ਨਹੀਂ ਤੇਰਾ ਰਹੇਗਾ ਕਰਨਾ ਨਹੀਂ ਮੇਰੇ ਨਾ ਕੀ ਗੱਲ ਹੈ ਜਿਹੜੀ ਜੇ ਕਰਦਾ ਉਹ ਜੇ ਭਰਦਾ ਤੈਨੂੰ ਕੀ ਪਤਾ ਨਹੀਂ ਲੱਗਦਾ ਨਾ ਕਿਸੇ ਦਾ ਮਾੜਾ ਨਹੀਂ ਕਰਿਆ ਕਿਸੇ ਦਾ ਮਾੜਾ ਨਹੀਂ ਮਾਰਾ ਨਹੀਂ ਬੈਠੀ ਸਾਰੇ ਤੇਰੇ ਪੈਰੋਂ ਸਿਆਪੇ ਛਿੜਦੇ ਨੇ ਜਿਹਨੇ ਛਿੜਦੇ ਨੇ ਤਾਂ ਇਹਦਾ ਖੌਂਸੜੇ ਖਾਣਾ ਤੀਜੇ ਦਿਨ ਮੈਨੂੰ ਖੋਲ ਮਾੜਾ ਜਿਹਾ ਖੜਦਾ ਮੈਂ ਗੱਲ ਮੈਨੂੰ ਮੈਂ ਨਹੀਂ ਖੋਲਦੀ ਮੈਂ ਛਿੱਤਰ ਖਾਣੇ ਨੂੰ ਉਹਨਾਂ ਤੋਂ ਜਿਹੜੇ ਮੰਨ ਕੇ ਕਹਿੰਦੇ ਨੇ ਖੋਲਣਗੇ ਪਾਣੀ ਨਹੀਂ ਪੀਦਾ ਐਂ ਕਰ ਫੜਾ 20 ਰੁਪਏ ਹੈ ਕਿ ਨਹੀਂ 20 ਰੁਪਏ ਨਾਲ ਕੀ ਕਰੇਗਾ ਤੇ ਟੈਂਕ ਲਿਆ ਕੇ ਦੇ ਜਾਵਾਂ ਅੱਛਾ ਮੈਂ ਦੁਕਾਨ ਤੇ ਜਾਊਂ ਛਿੱਤਰ ਖਾਣੇ ਨੇ ਮੇਰੇ ਗਿੱਟੇ ਵੱਜਦਾ ਮੈਨੂੰ ਖੋਲਦਾ ਮੈਂ ਬਗ ਜੂ ਨਾ ਜੱਦਾ ਜੁਰਦਾ ਲੈ ਮੋਬਦਾ ਮੇਰੀ ਗੱਲ ਸੁਣ ਲੈ ਵੀਰ ਹਾਏ ਮੈਂ ਤਾਂ ਖਤਰੇ ਤੋਂ ਖਾਲੀ ਨਹੀਂ ਜੇ ਤੈਨੂੰ ਖੋਲਤਾ ਮੈਨੂੰ ਮਾਰ ਦੇਣਗੇ ਆ ਕੇ ਉਹ ਗਲਤ ਗੱਲ ਹੈ ਅੱਜ ਤਾਂ ਮਰ ਜਾਣਾ ਹਾਏ ਪੀ ਕੇ ਕੁਰਲੀਆਂ ਕਰਦਾ ਉੱਤੇ ਡੋਲ ਨੂੰ ਦੇਖ ਲੈ ਹਾਂ ਝੂਠਾ ਕਰਦਾ ਗਲਾਸ ਪਾਣੀ ਵਧਿਆ ਫੁੱਲਾਂ ਵਾਲਾ ਝੂਟ ਤੈਨੂੰ ਥਰਮ ਨਹੀਂ ਆਉਂਦੀ ਨਹੀਂ ਬੈਠੀ ਬੇੜੀ ਆ ਗਈ ਕੀ ਗੱਲ ਮੇਰਾ ਤੇਰੇ ਫੁੱਲਾਂ ਵਾਲਾ ਚੁੱਪਦਾ ਹੈ ਹੱਦ ਹੋ ਗਈ ਜਮਈ ਜਵਾਕ ਕਟਾਤਾ ਅੰਬਰੀ ਅੰਡਾ ਮਗਰ ਨਹੀਂ ਮੇਰੇ ਮੂਹਰੇ ਨਹੀਂ ਕੋਈ ਤੇਰੀ ਕਰਤੂਤ ਮਾਰੀ ਇਹਨੂੰ ਤਾਂ ਕੁੱਟਿਆ ਹਾਂ ਲਾਈਆਂ ਕਿਤੇ ਲਾਉਣਾ ਵਿਝਾਈਆਂ ਕਿਤੇ ਲਾਉਣਾ ਤੂੰ ਸਹੀ ਗੱਲ ਦੱਸਦਾ ਸੱਚੀ ਗੱਲ ਦੱਸ ਦਿੰਦਾ ਕਿਉਂ ਕੁੱਟਕਾਂਦਾ ਮੈਨੂੰ ਪਤਾ ਨਹੀਂ ਸਾਹ ਤੇਰੀ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੈ ਮੇਰਾ ਜੀ ਕਰਦਾ ਕੁੱਟ ਖਾਣ ਨੂੰ ਤੇਰੀ ਤੇ ਕਰਨੈਲ ਦੀ ਇੱਕ ਰਾਗਾ ਇੱਕ ਢਿੱਡ ਹੈ ਇੱਕ ਜਾਣਾ ਖਾਂਦਾ ਦੋ ਦੇ ਚੀਜ਼ ਹਜ਼ਮ ਆਉਂਦੀ ਹੈ ਰਾਗਾ ਬੈਠੀਆਂ ਪਈਆਂ ਨੇ ਰਾਗਾ ਬੈਠੀਆਂ ਪਈਆਂ ਮਾਰ ਹੁਣ ਕੁੱਤੇ ਦੀ ਮੌਤ ਪਾਣੀ ਪੀਣਾ ਦੀ ਉਹ ਵੀ ਨਹੀਂ ਪੀਤਾ ਗਾ ਤੇਥੋਂ ਤਾਂ ਖੋਲਤਾ ਜਾ ਫਿਰ ਭੈਣ ਬਣ ਕੇ ਨਾ ਵੀ ਮੈਂ ਨਹੀਂ ਖੋਲਦੀ ਹਾਏ ਹਾਏ ਮੈਨੂੰ ਮਾਰ ਦੇਣਗੇ ਆ ਕੇ ਤੈਨੂੰ ਪਤਾ ਤਾਂ ਹੈਗਾ ਰਾਮੀ ਸਵਾਦ ਉਹਨਾਂ ਦੀ ਦਾ ਮੈਂ ਕਿਤੇ ਨੂੰ ਬਣਾਇਆ ਡਰਦੀ ਆ ਤੂੰ ਤਾਂ ਮਸਾਂ ਟਾਈਮ ਪਾਸ ਕਰਦੀ ਆ ਹੋਰ ਮੇਰੇ ਸਾਲ ਖੜੇ ਦਾ ਸਿਆਪਾ ਕਰ ਲਿਆ ਕਿੱਧਰ ਜਾਂਦਾ ਹੁਣ ਤੂੰ ਤੈਨੂੰ ਮੈਂ ਹੋਰ ਦੱਸਦਾ ਇਹ ਜਿਹੜਾ ਖੜਾ ਪਾਣੀ ਹੁੰਦਾ ਚੰਗਾ ਹੁੰਦਾ ਤਾਂ ਅੱਛਾ ਤਾਂ ਹਾਂ ਇਹ ਤਾਂ ਸਿੱਟੇ ਮਾਰ ਲੈ ਉਹਰੇ ਮਿੱਟੀ ਮੁੱਟੀ ਤਾਂ ਨਿਕਲਦੀ ਉਹ ਗਾਹ ਨਿਕਲਦੀ ਉੱਥੇ ਨਿਕਲਦੀ ਆ ਉਹ ਉੱਥੇ ਕੱਢਾਂ ਆਪਾਂ ਆ ਫੜ ਤੂੰ ਲੈ ਤੈਨੂੰ ਮੈਂ ਦਿਖਾਉਣਾ ਆ ਦੇ ਆ ਵੀ ਸਮਾਨ ਨਾ ਵਿੱਚ ਦੇਖਦੀ ਨਾਲ ਤਾਂ ਮੂੰਹ ਹੱਥ ਧੋਲੇ ਮਾੜਾ ਮਾੜਾ ਜਾਂ ਕੁਛ ਨਹੀਂ ਹੁੰਦਾ ਹੈ ਵਾਓ ਹਾਂ ਮੇਰੇ ਤੇ ਪੈਂਦੇ ਨੇ 7 ਹੁਣ ਦੇਖ ਠੇਕਾ ਕਿਤੇ ਜਿਹੜੀ ਜਿਬ ਜਿਜ ਰਹਿ ਗਈ ਉਹਨੂੰ ਦਾਰੂ ਕੱਢੂ ਦੂਰ ਆ ਜਾ ਬਸ ਹੈ ਹਾਂ ਹੁਣ ਵਿੱਚ ਜਾ ਬੜੇਗੀ ਉਰਾ ਰਹਿ ਤੂੰ ਪੌੜੀਆਂ ਤੇ ਬਹਿ ਜਾ ਜਵਾਕ ਦਲੇਰ ਬਹੁਤ ਨੇ ਬਚਾ ਲੈ ਬੈਠੇ ਬੈਠੇ ਇਹਨਾਂ ਕਹਿੰਦੇ ਵੀ ਹਾਥੀ ਦੀ ਡੋਬ ਹੈ ਓਏ ਹਾਂ ਆਈ ਨਹੀਂ ਪਤਾ ਸ਼ਹਿਰ ਹੋਵੇ ਹੋਰ ਜਿੰਦਰਾ ਫਿਰ ਤੂੰ ਤਾਂ ਆ ਗਿਆ ਹੈ ਹਾਂ ਉਹ ਤਾਂ ਬਸ ਆਉਣ ਜਾਣ ਤਾਂ ਇਹ ਹੋ ਗਈ ਗੱਲ ਉਹ ਹੱਥ ਤਾਂ ਬੀਹੀ ਦਾ ਸੀਗਾ ਠਾਣੇ ਠੋਕਦਾ ਜਿੰਦਰ ਨੂੰ ਬਹਿ ਜਾ ਬਹਿ ਜਾ ਤੇਰੇ ਗਿੱਟੇ ਤੋੜਨਾ ਦੇ ਉਹ ਮਾਰ ਮਾਰ ਡਾਂਗਾ ਜਿਵੇਂ ਮਰਜੀ ਛਡਾ ਲੇ ਛਡਾ ਤਾਂ ਲਿਆਏ ਫਿਰ ਕਾਰਨ ਕੀ ਸੀ ਤੈਨੂੰ ਕਾਹਤੋਂ ਚੁਕਾਇਆ ਬੀਹੀ ਵਾਲਿਆਂ ਨੇ ਗੱਲ ਤਾਂ ਕੋਈ ਹੋਈ ਹੋਣੀ ਕਾਰਨ ਤਾਂ ਜੀ ਨਾਲੀ ਦਾ ਰੌਲਾ ਸੀਗਾ ਅਸਲ ਮੈਂ ਤਾਂ ਤੁਹਾਨੂੰ ਤਾਂ ਸੱਚੀ ਗੱਲ ਦੱਸਾਂ ਉਹ ਨਾਲੀ ਚੋਂ ਜਿਹੜਾ ਨਾਲੀਆਂ ਕੱਢਣ ਵਾਲਾ ਉਹਨੂੰ ਆਟਾ ਉਟਾ ਪਾ ਆਉਂਦਾ ਸੀਗਾ ਉਹ ਆਪਣੇ ਬਾਰ ਮੂਹਰੇ ਕੱਢ ਜਾਂਦਾ ਸੀ ਉਹਨਾਂ ਦੀ ਛੱਡ ਦਿੰਦਾ ਸੀ ਉਹ ਭਾਈ ਪਾਉਂਦਾ ਨਹੀਂ ਸੀ ਕੋਈ ਦਾਣਾ ਪਾਉਂਦਾ ਨਹੀਂ ਕੋਈ ਆਟਾ ਨਹੀਂ ਸੀ ਪਾਉਂਦਾ ਬਾ ਇੰਨੀ ਗਲਤੀ ਜੀ ਕੇਸ ਕਰਾਤਾ ਮੇਰੇ ਤੇ ਕਿ ਨਾਲੀਆਂ ਵਾਲੇ ਤੇ ਰਲ ਕੇ ਤੀਵੀਆਂ ਲਿਆਉਂਦੇ ਨੇ ਜੀ ਦਾਰੂ ਕੱਢਦੇ ਨੇ ਹੈਂ ਦੁਨੀਆਂ ਲੱਗਣ ਲੱਗ ਗਈ ਜੀ ਚਲੋ ਛੱਡੋ ਜੀ ਇਹਦਾ ਚੱਲਦੀ ਰਹੂਗਾ
ਹੋਰ ਦੱਸੋ ਜੀ, ਮੇਰੇ ਪਾਪੇ ਉਹਨਾਂ ਬਾਰੇ ਪਤਾ ਕਰਦੇ ਫਿਰਦੇ ਹਾਂ ਜੀ ਅਸੀਂ ਤਾਂ। ਉਰੇ ਤਾਂ ਨਹੀਂ ਆਏ ਹੈਗੇ ਉਹ। ਉਰੇ ਕੀ ਲੈਣ ਆਉਣਾ ਉਹਨਾਂ ਨੂੰ? ਉਹ ਨਾਜਰ ਫੱਫੜਾ ਮੇਰਾ ਇੱਕ ਮੇਰਾ ਪਾਪਾ, ਦੋਏ ਫਰਾਰ ਹੋਏ ਪਏ ਨੇ, ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿੱਥੇ ਭਾਲੀਏ ਕਿੱਥੇ ਨਾ, ਰੋਜ਼ ਦਾ ਕੰਮ ਹੋਇਆ ਪਿਆ ਜੀ ਸਾਡੇ ਤਾਂ। ਨਾਜਰ ਤਾਂ ਪਰਸੋਂ ਸੌਥੇ ਮੈਨੂੰ ਮਿਲਿਆ ਸੀਗਾ, ਆ ਪਿੰਡ ਦੀ ਸੜਕ ਦੇ ਪਹਿਲੇ ਪਾਸੇ। ਅੱਛਾ ਜੀ। ਮੈਂ ਘਰ ਨੂੰ ਜਾਂਦੀ ਤੀ, ਮੇਰੇ ਕੋਲ ਦੀ ਲੰਘਦਾ ਤੀ, ਮੈਂ ਸਿਆਣ ਲਿਆ ਫਿਰ ਖੜਾ ਲਿਆ ਮੈਂ। ਮੈਂ ਕਿਹਾ ਕਿੱਧਰ ਜਾਣਾ? ਅੱਛਾ ਜੀ। ਕਹਿੰਦਾ ਅਨਮੋਲ ਜਾ ਕੇ ਆਉਣਾ ਵੀ, ਕੋਈ ਗੱਲਬਾਤ ਕਰਦਾ ਕਰਨੈਣ ਨਾਲ ਬਹਿ ਕੇ ਰਾਏ ਕਰੂੰਗਾ। ਕਹਿੰਦਾ ਵੀ ਹੁਣ ਰਾਏ ਕਾਹਦੀ ਜੀ, ਵੀ ਹੁਣ ਕਿੰਨਾ ਕੁ ਚਿਰ ਬਾਹਰ ਭੱਜਿਆ ਫਿਰੂੰਗਾ, ਫੇਰ ਤਾਂ ਦੇਖ ਹੋਣਾ ਪਊਗਾ ਹੁਣ ਜਾ ਕੇ। ਪੜਤਾਲ ਕਰਦੇ ਫਿਰਦਿਆਂ ਕਹਿਣਾ ਕੀ ਨੇ ਸਾਨੂੰ? ਉਰੇ ਆਇਆ ਹੁੰਦਾ ਮੈਂ ਤਾਂ ਉਹਦੀ ਫੋਨ ਕਰ ਦਿੰਦੀ ਵੀ ਭਾਈ ਆ ਬੈਠੇ ਨੇ ਉਰੇ ਆਏ। ਅੱਛਾ ਜੀ। ਤੁਸੀਂ ਤਾਂ ਕੀ ਕਰਾਉਣਾ ਤੀ ਉਹਨਾਂ ਤੋਂ? ਭਾਈ ਕੀ ਕਰਾਉਣਾ, ਇੱਥੇ ਤਾਂ ਆਪਦੀ ਨੀ ਰਾਜ। ਸਾਨੂੰ ਪਤਾ ਜੀ, ਪਹਿਲਾਂ ਹੋਰੇ ਡੇਗਦੇ ਨੇ ਜਦੋਂ ਕਿਤੇ ਘਰੋਂ ਭੱਜਦੇ ਨੇ। ਨਾ ਨਾ ਆਏ ਨੀ ਪੁੱਤ, ਜੇ ਉਰੇ ਹੁੰਦੇ ਦੇਖ ਇੱਥੇ ਹੀ ਹੁੰਦੇ। ਮੈਂ ਲੁਕੋ ਕੇ ਕੀ ਕਰਨਾ ਤੀ ਉਹਨਾਂ ਤੋਂ, ਨਾਲੇ ਤੁਸੀਂ ਤਾਂ ਹੁਣ ਤੁਰ ਫਿਰ ਕੇ ਉਹਨਾਂ ਦਾ ਨਿਬੜਾ ਦੋਗੇ ਠਾਣੇ 'ਚ, ਮੈਂ ਕਿੱਧਰ ਕਿਹੜੀ ਸੀ ਫਿਰੂੰਗੀ। ਆਪਣੀ ਦਾ ਵੀ ਪਹੁੰਚ ਬਹੁਤ, ਆਪਣੀ ਦਾ ਪਹੁੰਚ ਬਹੁਤ ਹੋ ਰਹੀ, ਇਹਦੀ ਤਾਂ ਜ਼ਿਆਦਾ ਜੀ, ਖਾਸ ਕਰਕੇ ਇਹਦੀ ਆ, ਇਹਦਾ ਨਾਂ ਜ਼ਿਆਦਾ ਚੱਲਦਾ। ਹਾਂ ਹਾਂ, ਤਾਂ ਹੀ ਤਾਂ ਦੇਖ ਪੁਲਿਸ ਨੇ ਲਿਜਾਣ ਚਾਰ ਉਹਦੀ ਛੱਡਤਾ। ਹਾਂ ਪਹੁੰਚ ਜ਼ਿਆਦਾ ਤੀ, ਹੋਰ ਅੰਦਰ ਤਾਂ ਬਿਠਾਈ ਨਹੀਂ ਹੈਗਾ, ਬਿਠਾਈ ਨਹੀਂ ਹੈਗਾ। ਚੱਲ ਕੋਈ ਨਾ, ਕੰਮ ਦੀ ਗੱਲ ਕਰ ਲੈ ਕੋਈ, ਕੰਮ ਦੀ ਕਰਦੇ ਆ। ਹੋਰ ਮਾਣੋ ਫੋਨ ਫਾਨ ਕਰ ਲੈਂਦੀ ਆ ਮੰਮੀ ਜੀ? ਹਾਂ ਕਰ ਲੈਂਦੀ ਆ ਪੁੱਤ। ਅੱਛਾ, ਮੇਰਾ ਲੈਂਦੀ ਆ ਮਾੜਾ ਮੋਟਾ ਨਾਂ ਨੂੰ ਘਰ ਜਮੀ? ਪਤਾ ਕੀ ਗੱਲ ਹੈ, ਦੇਖੋ ਜੀ, ਵਿਆਹ ਵੂ ਬਾਰੇ ਹੁਣ ਤਾਂ ਸੋਚਣ ਦਾ ਨਾ ਤਾਂ ਟਾਈਮ ਹੀ ਹੈ ਜੀ, ਨਾ ਸਾਡੇ ਘਰੇ ਇਹੋ ਜਿਹਾ ਮਾਹੌਲ ਹੈ ਬੰਦਾ ਬੈਕੀ ਸੋਚ ਲੈ ਵੀ ਵਿਆਹ ਵੂ ਕਰਾਉਣਾ ਕਿ ਨਹੀਂ, ਕਿਵੇਂ ਕਰਨਾ। ਸਾਡੇ ਘਰੇ ਮਾਹੌਲ ਵੀ ਹੈ ਨੀ, ਕੰਮ ਵੀ ਵਾਲੇ ਨੇ ਜੀ, ਇਹਨੂੰ 100 ਕਿੱਲੇ ਦੀ ਤਾਂ ਇਹ ਇਕੱਲਾ ਖੇਤੀ ਕਰਦਾ, ਤੀਵੀਂ ਸਾਡੇ ਨੀ ਖੜਦੇ, ਹੁਣ ਕਰੀਏ ਕੀ ਜੀ? ਮੈਂ ਤਾਂ ਹੁਣ ਸੋਚ ਨੀ ਛੱਡਦਾ ਵਿਆਹ ਵੂ, ਹੁਣ ਤਾਂ ਹੈ ਨੀ ਆਸ, ਜਮੀ ਨੀ ਹੈਗੀ ਜੀ। ਤਾਂ ਗੱਲ ਹੈ, ਰਿਸ਼ਤਾ ਤਾਂ ਦੇਖ ਤੈਨੂੰ ਸੰਦੀਪ, ਮੈਂ ਵੀ ਹੋਰ ਰਿਸ਼ਤੇਦਾਰੀ ਚੋਂ ਕਰਾ ਦਿੰਦਾ। ਕਰਾਉਣ ਨੂੰ ਤਾਂ ਜੇ ਮੈਂ ਲਾਇਆ ਫੋਨ, ਕਾਕੇ ਨਾਲ ਹੀ ਤਾਂ ਨਹੀਂ ਇਹਨਾਂ ਦੇ ਕਿਤੇ, ਇਹ ਵੀ ਹੋ ਸਕਦਾ ਹੈ। ਜਦੋਂ ਮੈਂ ਕਾਕੇ ਨੂੰ ਫੋਨ ਲਾਇਆ, ਮੈਨੂੰ ਕਹਿੰਦਾ ਤਾਈ ਮੈਂ ਤਾਂ ਖੇਤ ਆਂ। ਅੱਛਾ ਜੀ। ਪਰ ਫੋਨ ਚ ਆਵਾਜ਼ ਆਈ ਆਈ ਜਿਵੇਂ ਕੋਈ ਟੀਵੀ ਟੂਵੀ ਚੱਲ ਰਿਹਾ ਹੁੰਦਾ ਕਿਸੇ ਕਮਰੇ 'ਚ ਬੈਠਾ ਹੋਵੇ। ਉਹ ਤਾਂ ਸਿਨਮੇ ਸੁਨਮੇ 'ਚ ਵੱਗ ਗਿਆ ਹੋਊਗਾ ਜੀ। ਫਿਰ ਤੇਰੇ ਵਾਲੇ ਕਈ ਵਾਰ ਤੈਨੂੰ ਲਾਉਣਾ ਤੇਰੇ ਟੀਵੀ ਚੱਲਦਾ ਹੁੰਦਾ। ਮੇਰਾ ਤਾਂ ਊਂ ਚੱਲਦਾ ਹੁੰਦਾ, ਕਈ ਵਾਰ ਮੈਂ ਊਂ ਬੈਠਾ ਹੁੰਦਾ ਕਿਤੇ ਚਾਹ ਚੂ ਪੀਣ, ਉੱਥੇ ਚੱਲਦਾ ਨਹੀਂ ਹੁੰਦਾ ਦੁਕਾਨ ਦੁਕਾਨ ਤੇ। ਉਹਦੇ ਗੱਲ ਹੋ ਗਈ ਜੀ, ਗੱਡੀ ਲੈ ਕੇ ਗਿਆ ਤੀ ਸਰਵਿਸ ਕਰਾਉਣ, ਏਜੰਸੀ 'ਚ ਟੀਵੀ ਚੱਲੀ ਜਾਂਦਾ ਤੀਗਾ। ਹਾਂ ਹਾਂ, ਉੱਥੇ ਚੱਲਦਾ ਸੀ, ਉਹ ਏਜੰਸੀ 'ਚ ਨਾ ਗਿਆ ਹੋਵੇ ਜੀ। ਏਜੰਸੀ 'ਚ ਕਾਕਾ ਕੀ ਕਰਨ ਜਾਊ ਯਾਰ? ਮੇਰੀ ਗੱਲ ਸੁਣ, ਇੰਨੇ ਤਾਂ ਆਪਾਂ ਵੀ ਸਿਆਣੇ ਆਂਗੇ, ਪਤਾ ਨਹੀਂ ਕਿਹਦੇ ਨਾਲ ਤਾਂ ਫੋਨ ਤੇ ਰੁੜ ਜਾਣਾ ਗੱਲਾਂ ਕਰਦਾ, ਕਿਹਦੇ ਨਾਲ ਨਹੀਂ ਕਰਦਾ। ਮੈਂ ਕਿਹਾ ਲੈ ਤੂੰ ਮੈਨੂੰ ਐਂ ਦੱਸ ਦੇ ਵੀ ਕੁੜੀ ਕਿਹੜੀ ਹੈ, ਆਪਾਂ ਜਾਂਚ ਪੜਤਾਲ ਕਰਕੇ ਭਾਈ ਹੋਰ ਕੀ ਹੈ, ਤੁਹਾਡਾ ਸਿਰਗੰਢਣ ਕਰਦਾਂਗੇ, ਮਕਲਾਵਾ ਕੋਈ ਕਰਦਾਂਗੇ, ਕਿਤੇ ਉਈ ਨਾ ਕੋਈ ਚੰਦ ਚਾੜਦੇ ਉਰੇ, ਫੇਰ ਪਹਿਲਾਂ ਵਾਲੇ ਨੀ ਘਰੇ ਖੜਦੇ ਉਹਨਾਂ ਮਗਰ ਫਿਰੀ ਜਾਂਦੇ, ਕਿਤੇ ਫਿਰ ਇਹਨੂੰ ਭਾਲਦੇ ਫਿਰੀ ਜਾਂਦੇ। ਹੋਰ ਆਈ ਹੁੰਦਾ ਜੀ, ਇਹਦਾ ਕਈ ਵਾਰ ਲੈ ਲੂ ਕਿ ਨਾ ਬਾਜੇ, ਉਹ ਤਾਂ ਜੀ ਹੋਰ ਵੀ ਹੋ ਗਏ, ਰਿਵਾਜ ਹੋ ਗਿਆ ਜੀ ਅੱਜ ਕੱਲ ਗੱਲਾਂ ਗੁੱਲਾਂ ਕਰਕੇ, ਹਨਾ ਵੀ ਟੀਵੀ ਟੱਲੇ ਜੇ ਚੱਲੇ, ਬਸ ਜਣਾ ਖਣਾ ਆਸ਼ਕੀ ਦਾ ਪੱਟਿਆ ਪਿਆ, ਬਸ ਜੀ ਆਸ਼ਕੀ ਦਾ ਪੁੱਛੋ ਆ ਜੀ ਬਾਲੀ ਹੈ ਪਾ।
ਇਹ ਆਪਣੇ ਟਾਈਮਾਂ ਚ ਕਿਉਂ ਨਹੀਂ ਸੀ ਇਹ ਕਈ ਗੱਲਾਂ ਆਪਣੇ ਟਾਈਮਾਂ ਚ ਕਿਉਂ ਨਹੀਂ ਸੀ ਆਪਾਂ ਕਿਉਂ ਨਹੀਂ ਕਰਿਆ ਸਾਰਾ ਕੁਝ ਸੀ ਉਦੋਂ ਲੋਕਾਂ ਨੂੰ ਸ਼ਰਮ ਸੀ ਭੈਣ ਭਾਈ ਦੀ ਲਾਲਾ ਮਾਂ ਬਾਪ ਦੀ ਲਾਲਾ ਹੁਣ ਸ਼ਰਮ ਲਾਤੀ ਸਾਰਿਆਂ ਨੇ ਹੁਣ ਤਾਂ ਪਿਓ ਬਰੋਬਰ ਨਾ ਨਹੀਂ ਗੱਲ ਨਹੀਂ ਮੇਰੀ ਗੱਲ ਸੁਣੋ ਤੁਸੀਂ ਬੈਠੋ ਮੈਂ ਚਾਹ ਦੀ ਘੁੱਟ ਤੱਕ ਕਿਉਂ ਨਾ ਇਸ ਦਾ ਜਾਂਦੇ ਦੀ ਕੋਈ ਨਾ ਮੈਂ ਇੱਕ ਮਿੰਟ ਗੱਲ ਸੁਣਿਓ ਮੰਮੀ ਜੀ ਆ ਤੁਹਾਡੇ ਖੱਬਲ ਖੁੱਬਲ ਜਿਹਾ ਬਾਲਾ ਹੋਇਆ ਪਿਆ ਮੈਂ ਜਿੰਦਰ ਨੂੰ ਛੱਡ ਜਾਣਾ ਇਸ ਮਾਰ ਦੂਗਾ ਜੀ ਘਰ ਕੋਲ ਤੁਹਾਡਾ ਦੇ ਕੋਈ ਨਾ ਤੁਸੀਂ ਮੇਰੀ ਗੱਲ ਸੁਣੋ ਕਿਉਂ ਜਿੰਦਰ ਮਾਰ ਦੂਗਾ ਉਹਨਾਂ ਨੂੰ ਲੱਭ ਲਓ ਤੁਸੀਂ ਪਹਿਲਾਂ ਮੇਰੀਆਂ ਬੱਟਾਂ ਵੱਢਣ ਵਾਲੀਆਂ ਪਈਆਂ ਨੇ ਖੇਤ ਹੋਰ ਬੱਟਾਂ ਬਹੁਤ ਵੱਢਦਾ ਨਾ ਤੂੰ ਅੱਖ ਦਾ ਕਿ ਟੱਕਰ ਚਾਹ ਬਣਾ ਲਿਓ ਹਾਂ ਬਣਾਉਣੀ ਚਾਹ ਦੀ ਘੁੱਟ ਨਹੀਂ ਨਾ ਚਾਹ ਫਿਰ ਆਪਾਂ ਦਹੀਂ ਪੀਣ ਕੋਈ ਨਾ ਜੀ ਅਸੀਂ ਕਾਹ ਪੀ ਲਾਂਗੇ ਆ ਤਾਂ ਪੀਊਗਾ ਚਾਹ ਕੋਈ ਨਾ ਬਹਿ ਜਾਓ ਉਹ ਕਾਹ ਨੂੰ ਜੀ ਉਹਨੂੰ ਤਾਂ ਜਿੰਨੀ ਮਰਜ਼ੀ ਪਿਆਰਾ ਮੇਰਾ ਸਾਲਾ ਢੋਲ ਚਾਹ ਦਾ ਪੀ ਜੇ ਤਾਂ ਬਾਈ ਜਾ ਆਪਣਾ ਖਾਣ ਕਿਉਂ ਕਰਦਾ ਹੈ ਅੱਛਾ ਵੀ ਗਾਹ ਭਾਲਨੇ ਵੀ ਨਾ ਉਪਤੰਦਰ ਮੱਚਿਆ ਤਾਂ ਤਾਂ ਪਿਆ ਟੈਲੀਵਿਜ਼ਨ ਵਾਲੀ ਗੱਲ ਪਤਾ ਲੱਗ ਗਈ ਅਗਲੇ ਨੂੰ ਕਿਹੜੀ ਟੈਲੀਵਿਜ਼ਨ ਵਾਲੀ ਬਾਜਾਂ ਆਈਆਂ ਨੇ ਟੈਲੀਵਿਜ਼ਨ ਵਾਲੀਆਂ ਫੋਨ ਚ ਕਿਹੜੀਆਂ ਬਾਜਾਂ ਉਹੀ ਮਰੀ ਨਾ ਪਕਾਈ ਉਹਦਾ ਉਹ ਬੈਠਾ ਸੀ ਮੈਂ ਕਿਤੇ ਉਦੋਂ ਆਹ ਉਹੀ ਮਰੀ ਨਾ ਨਾ ਯਾਰ ਸਭ ਕਿਵੇਂ ਆਉਂਦੀਆਂ ਨੇ ਬਾਜਾਂ ਬਹਿ ਗਈ ਚੁੱਪ ਕਰਕੇ ਇਹ ਤਾਂ ਕਿਹਨਾਂ ਨੰਬਰ ਲੱਗਦਾ ਨਹੀਂ ਹੈਗਾ ਆ ਇੱਕ ਨੰਬਰ ਮੈਨੂੰ ਹੋਰ ਦਿੱਤਾ ਸੀ ਕਹਿੰਦਾ ਕਈ ਵਾਰੀ ਕੋਈ ਲੋੜ ਪੈ ਜੇ ਇਹ ਨੰਬਰ 'ਤੇ ਫੋਨ ਲਾਈ ਮੇਰੇ ਲਈ ਤੀ ਉਹ ਇਕੱਲਾ ਨੰਬਰ ਦੇਖਾਂ ਕਿਹੜਾ ਹੈਗਾ ਆਤੀ ਤਾਂ ਕੋਈ ਜਾਂਦੀ ਨਹੀਂ ਹੈਗੀ ਕੋਈ ਨਾ ਕੋਈ ਗੜਬੜ ਜ਼ਰੂਰ ਹੋ ਗਈ ਨਹੀਂ ਇਹ ਨੰਬਰ ਤਾਂ ਉਹੀ ਨਹੀਂ ਬੰਦ ਕਰਕੇ ਰੱਖਦਾ ਉਹ ਪਹੁੰਚ ਤੋਂ ਬਾਹਰ ਕਹੀ ਜਾਂਦਾ ਕੀ ਪਤਾ ਇਹੋ ਜਿਹਾ ਕਿੱਥੇ ਗਏ ਨੇ ਜਿੱਥੇ ਨੰਬਰ ਵੀ ਨਹੀਂ ਲੱਗਦਾ ਚਲਾ ਐਂ ਕਰਦੀਆਂ ਇਹਨਾਂ ਨੂੰ ਵਗ ਜਾਣ ਦੇ ਫਿਰ ਦੁਬਾਰੇ ਲਾ ਕੇ ਦੇਖੂੰਗੇ ਐਵੇਂ ਇਹਨਾਂ ਨੂੰ ਛੱਕ ਹੋ ਜੂਗੇ ਪਤਾ ਨਹੀਂ ਅੰਦਰ ਕੀ ਕਰੀ ਜਾਂਦੇ ਕੀ ਨਹੀਂ ਜ਼ਿਆਦਾ ਘੁੱਟਦੇ ਮੈਂ ਇਹਨਾਂ ਨੂੰ ਬਣਾ ਕੇ